ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਦਿੱਲੀ ਸਟੂਡੀਓ ਵਿੱਚ ਤੁਹਾਡਾ ਹਾਰਦਿਕ ਅਸੀਂ ਸਵਾਗਤ ਕਰਦੇ ਹਾਂ। ਅਤੇ ਅੱਜ ਜੋ ਦਿੱਲੀ ਸਟੂਡੀਓ ਵਾਲੇ ਜੋ ਖਾਸ ਜੋ ਪੇਸ਼ਕਸ਼ ਕਰ ਰਹੇ ਹਾਂ ਕਿ ਬੜੀ ਜੋ ਵੱਡੀ ਇੱਕ ਅਨਸੈਂਸਰਡ ਜੋ ਗੱਲ ਅਸੀਂ ਤੁਹਾਡੇ ਸਾਹਮਣੇ ਅਸੀਂ ਲੈ ਕੇ ਆ ਰਹੇ ਹਾਂ ਕਿ ਜੋ ਕਿਸੇ ਵੀ ਮੀਡੀਆ ਨੇ ਕਿਤੇ ਵੀ ਨਹੀਂ ਦਿਖਾਈ ਗਈ, ਆਲ ਓਵਰ ਇੰਡੀਆ, ਆਲ ਓਵਰ ਵਰਲਡ ਕਿਤੇ ਵੀ ਗੱਲ ਕੀਤੀ ਨਹੀਂ ਗਈ ਕਿ ਜੈਪੁਰ ਦੇ ਵਿੱਚ, ਜੀ ਹਾਂ, ਰਾਜਸਥਾਨ ਜੋ ਕਿ ਜੋ ਦਿੱਲੀ ਤੋਂ ਤਕਰੀਬਨ 250 ਕਿਲੋਮੀਟਰ ਦੂਰ ਜੋ ਜੈਪੁਰ ਏਰੀਆ ਜੋ ਹੈਗਾ, ਜੈਪੁਰ ਜੋ ਸ਼ਹਿਰ ਬੜਾ ਇੱਕ ਵਿਖਿਆਤ ਸ਼ਹਿਰ ਹੈਗਾ, ਜੈਪੁਰ ਦੇ ਨਾਲ ਲੱਗਦੀ ਹੋਈ ਇੱਕ ਜਗ੍ਹਾ ਝੱਲਾ ਨਾਮ ਦੇ ਇੱਕ ਪਿੰਡ ਦੇ ਵਿੱਚ ਜੋ ਕਿ ਡੂੰਗਰੀ ਨਾਮ ਦੀ ਜਗ੍ਹਾ ਦੇ ਵਿੱਚ ਹੈਗਾ, ਉਹਦੇ ਵਿੱਚ ਕਈ ਸਿਕਰੀਗੜ ਵਣਜਾਰੇ ਸਿੱਖ ਉੱਥੇ ਰਹਿੰਦੇ ਸੀਗੇ, ਜਿੱਥੇ ਕਿ 17 ਮਾਰਚ ਨੂੰ, ਜੀ ਹਾਂ ਸੰਗਤ ਜੀ, 2 ਦਿਨ ਪਹਿਲਾਂ ਹੀ 17 ਮਾਰਚ ਨੂੰ 2016 ਨੂੰ ਇੱਕ ਬੜੀ ਵੱਡੀ ਘਟਨਾ ਉੱਥੇ ਵਾਪਰੀ ਕਿ ਪੁਲਿਸ ਵੱਲੋਂ ਉੱਥੇ ਸਿੱਖਾਂ ਦੇ ਉੱਪਰ ਜੋ ਮਾਰ ਕੁਟਾਈ ਉਹਨਾਂ ਦੀ ਕੀਤੀ ਗਈ, ਜੋ ਲਾਠੀਚਾਰਜ ਕੀਤੇ ਗਏ ਸਿੱਖਾਂ ਨੂੰ, ਤਸ਼ੱਦਦ ਉੱਥੇ ਕੀਤੀ ਗਈ, ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਕੀਤਾ ਗਿਆ, ਗੁਰਦੁਆਰਾ ਸਾਹਿਬ ਦੇ ਉੱਪਰ ਵੀ ਹਮਲਾ ਕੀਤਾ ਗਿਆ ਸੰਗਤ ਜੀ। ਯਾਨੀ ਕਿ 17 ਤਰੀਕ ਨੂੰ ਇਹੋ ਜਿਹੀ ਗੱਲ ਦੁਬਾਰਾ ਅਸੀਂ ਉੱਧਰ ਦੇ ਲੋਕਾਂ ਨਾਲ ਵੀ ਅਸੀਂ ਗੱਲ ਕਰਾਂਗੇ ਸਾਰੇ ਪੂਰੇ ਪ੍ਰੋਗਰਾਮ ਦੇ ਵਿੱਚ, ਉੱਧਰ ਦੀ ਅਸੀਂ ਤੁਹਾਨੂੰ ਫੁਟੇਜ ਵੀ ਅਸੀਂ ਸਾਰੀ ਦਿਖਾਵਾਂਗੇ ਕਿ ਕਿਸ ਤਰੀਕੇ ਤੁਸੀਂ ਆਪ ਦੇਖਿਓ ਕਿ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਉੱਪਰ ਕਿਸ ਤਰ੍ਹਾਂ ਪਥਰਾਵ ਕੀਤਾ ਗਿਆ ਸੀਗਾ, ਕਿਸ ਤਰ੍ਹਾਂ ਪੁਲਿਸ ਵੱਲ ਜੋ ਲੋਕਾਂ ਵੱਲ ਸਿੱਖਾਂ ਦੇ ਉੱਪਰ ਲਾਠੀਚਾਰਜ ਕੀਤਾ ਗਿਆ ਸੀਗਾ। ਵਿਵਾਦ ਇੰਨਾ ਸੀਗਾ, ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤਾਂ ਵਿਵਾਦ ਇੰਨਾ ਸੀਗਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਤਕਰੀਬਨ 1.5 ਕਿਲੋਮੀਟਰ ਦੂਰ ਉੱਥੇ ਹਾਈਵੇ ਵਾਸਤੇ ਇੱਥੇ ਜਗ੍ਹਾ ਬਣਦੀ ਪਈ ਸੀਗੀ, ਹਾਈਵੇ ਰੋਡ ਨਿਕਲਦੀ ਪਈ ਸੀਗੀ, ਅਤੇ ਕੁਝ ਸਿੱਖਾਂ ਦੇ ਉੱਥੇ ਪਲੋਟ ਵੀ ਉਹਦੇ ਵਿੱਚ ਆ ਰਹੇ ਸੀਗੇ, ਪਰ ਸਿੱਖ ਸ਼ਾਂਤਮਈ ਤਰੀਕੇ ਦੇ ਨਾਲ ਸਿਰਫ ਦੇਖਦੇ ਪਏ ਸੀਗੇ, ਕੋਈ ਉਹਨਾਂ ਨੇ ਵਿਰੋਧ ਵੀ ਨਹੀਂ ਕੀਤਾ ਉਸ ਗੱਲ ਦਾ ਪੁਲਿਸ ਵੱਲੋਂ। ਜਦੋਂ DDA ਵੱਲੋਂ ਜਦੋਂ ਉੱਥੇ ਜੋ ਮਸ਼ੀਨ ਨਾਲ ਚਲਾ ਕੇ ਜੋ ਪਲੋਟ ਦੇ ਉੱਪਰ ਜਗ੍ਹਾ ਖਾਲੀ ਕਰਾਈ ਜਾ ਰਹੀ ਸੀ, ਕਿਸੇ ਨੇ ਵਿਰੋਧ ਨਹੀਂ ਕੀਤਾ, ਸਿਰਫ ਦੇਖਣ ਦੇ ਉੱਪਰ ਜਦੋਂ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮ ਤੱਕ ਵੀ ਕੰਮ ਚੱਲਦਾ ਰਿਹਾ, ਪਰ ਜਦੋਂ ਲੋਕ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋਏ, ਸਿਰਫ ਦੇਖਣ ਵਾਸਤੇ ਉੱਥੇ ਇਕੱਠੇ ਹੋਏ, ਕੋਈ ਕਿਸੇ ਨੇ ਆਵਾਜ਼ ਨਹੀਂ ਚੁੱਕੀ, ਉਸ ਦੇ ਬਾਵਜੂਦ ਵੀ ਪੁਲਿਸ ਵੱਲੋਂ, DDA ਵੱਲੋਂ, DDA ਦੇ ਇਸ਼ਾਰੇ 'ਤੇ ਪੁਲਿਸ ਵੱਲੋਂ ਉੱਥੇ ਜੋ ਹੈ ਲਾਠੀ ਚਾਰਜ ਸਿੰਘਾਂ 'ਤੇ ਕਰ ਦਿੱਤਾ ਗਿਆ ਸਾਰੇ ਲੋਕਾਂ 'ਤੇ, ਬਸਤੀ ਤੱਕ ਉਹਨਾਂ ਦੀ, ਸਿਕਰੀਗੜ ਵਣਜਾਰੇ ਸਿੱਖਾਂ ਦੀ ਬਸਤੀ ਤੱਕ ਹੋ ਗਏ, ਹੋਰ ਹਾਲਾਂਕਿ ਬਸਤੀ ਤੋਂ ਇਲਾਵਾ ਉਹਨਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ, ਬੂਟਾਂ ਸਮੇਤ ਪੁਲਿਸ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਉੱਥੋਂ ਦੇ ਲੋਕਾਂ ਦੇ ਘਰਾਂ 'ਚ ਵੜ ਕੇ ਉਹਨਾਂ ਨੇ ਜੋ ਲਾਠੀਆਂ ਮਾਰੀਆਂ, ਇੰਨੀ ਤਸੱਦਦ ਉਹਨਾਂ ਨੇ ਕੀਤੀ। ਆਓ ਅਸੀਂ ਉਹਦੀ ਫੁਟੇਜ ਵੱਲ ਅਸੀਂ ਇੱਕ ਨਜ਼ਰ ਮਾਰਦੇ ਹਾਂ। ਜੀ ਹਾਂ, ਗੁਰਦੁਆਰਾ ਸਾਹਿਬ ਦੇ ਬਾਹਰ ਦਾ ਸ਼ੋਟ ਹੈਗਾ, ਗੁਰਦੁਆਰਾ ਸਾਹਿਬ ਦੇ ਬਾਹਰ ਦੀ ਇਹ ਗੱਲ ਹੈਗੀ ਆ, ਗੁਰਦੁਆਰਾ ਸਾਹਿਬ ਦੀ ਰਿਕਾਰਡਿੰਗ ਹੈਗੀ ਆ। ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀਆਂ ਪੌੜੀਆਂ ਤੁਸੀਂ ਦੇਖ ਸਕਦੇ ਕਿ ਪੌੜੀਆਂ ਦੇ ਉੱਪਰ ਕਿਸ ਤਰ੍ਹਾਂ ਪੱਥਰ, ਥਾਂ ਥਾਂ 'ਤੇ ਪੱਥਰ ਡਿੱਗੇ ਪਏ ਨੇ, ਕੱਚ ਦਾ ਸ਼ੀਸ਼ਾ ਵੀ ਤੋੜਿਆ ਗਿਆ ਹੈਗਾ, ਕੱਚ ਦੇ ਸ਼ੀਸ਼ੇ, ਐਂਟਰੀ ਗੇਟ ਦੇ ਕੱਚ ਦਾ ਸ਼ੀਸ਼ਾ ਤੋੜਿਆ ਗਿਆ ਹੈਗਾ, ਸ਼ੀਸ਼ਾ ਸਾਫ਼ ਦਿਖਾਈ ਦੇ ਰਿਹਾ ਗੁਰਦੁਆਰਾ ਸਾਹਿਬ ਦੇ ਅੰਦਰ। ਜੀ ਹਾਂ, ਜੋ ਗ੍ਰੀਨ ਕਾਰਪੇਟ ਦੇ ਉੱਪਰ ਤੁਸੀਂ ਪੱਥਰਾਂ ਦੇ ਟੁਕੜੇ ਆਰਾਮ ਨਾਲ ਤੁਸੀਂ ਸਾਫ਼ ਦਿਖਾਈ ਦੇਖ ਸਕਦੇ ਹੋ ਕਿ ਉੱਥੇ ਸਾਫ਼, ਉੱਥੇ ਸਾਹਮਣੇ ਹਾਰਮੋਨੀਅਮ ਔਰ ਜੋ ਵਾਜਾ ਔਰ ਕੀਰਤਨ ਦੇ ਜੋ ਸਾਜ ਨੇ ਉੱਥੇ, ਉਹ ਕਿਸ ਤਰੀਕੇ ਸੁੱਟੇ ਹੋਏ ਆ, ਉਹ ਤੁਸੀਂ ਸਾਫ਼ ਦੇਖ ਸਕਦੇ ਹੈਗੇ ਹੋ। ਗੁਰਦੁਆਰਾ ਸਾਹਿਬ ਦੇ ਅੰਦਰ ਕਿਸ ਤਰ੍ਹਾਂ ਅੰਦਰ ਪੱਥਰ ਜੋ ਕਲੀਨ ਪੂਰੇ ਚੁੱਕੇ ਹੋਏ ਆ, ਅਤੇ ਉਸ ਤੋਂ ਇਲਾਵਾ ਕਿਸ ਤਰੀਕੇ ਜੋ ਮਾਈਕ ਸਟੈਂਡ ਵੀ ਉੱਥੇ ਗਿਰੇ ਪਏ ਸੀਗੇ, ਸੰਗਤਾਂ ਉੱਥੇ ਮੌਜੂਦ ਨੇ। ਇਹੀ ਜੋ ਤਾਜ਼ਾ ਤਸਵੀਰਾਂ ਸੀਗੀਆਂ ਉਸ ਵੇਲੇ ਦੀਆਂ, ਜਦੋਂ ਪੁਲਿਸ ਵੱਲੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਿੰਨੀ ਉੱਥੇ ਖਲੋਤੀ ਸੀਗੀ, ਪੂਰੀ ਜੋ ਕਾਫੀ ਜੋ ਮੁਸਤੈਦ ਹੋ ਕੇ ਆਏ ਸੀਗੇ, ਪੂਰਾ ਆਪਣੇ ਆਪ ਨੂੰ ਪੂਰਾ ਜੋ ਪੂਰੇ ਤਿਆਰੀ ਦੇ ਵਿੱਚ ਆਏ ਸੀਗੇ, ਜਿਸ ਤਰ੍ਹਾਂ ਪਲੈਨਿੰਗ ਦੇ ਤਹਿਤ ਕੰਮ ਕੀਤਾ ਜਾਂਦਾ ਹੈ। ਉਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮੋਟਰਸਾਈਕਲ ਲੋਕਾਂ ਦੀ, ਉੱਥੇ ਸਿੱਖਾਂ ਦੀ ਮੋਟਰਸਾਈਕਲ, ਉਹਨਾਂ ਦਾ ਸਮਾਨ ਜੋ ਹੈ ਸੜਕਾਂ 'ਤੇ ਰੋਲਿਆ ਗਿਆ ਹੈਗਾ, ਉੱਥੇ ਜੋ ਡੇਗਿਆ ਗਿਆ ਹੈਗਾ, ਕਿਉਂਕਿ ਇੰਨੀ ਜੋ ਉੱਥੇ ਭਗਦੜ ਮੱਚ ਗਈ ਸੀਗੀ ਉਸ ਸਮੇਂ, ਔਰ ਪੱਥਰਬਾਜ਼ੀ ਪੂਰੀ ਕੀਤੀ ਗਈ ਹੈਗੀ ਹੈ। ਪੱਥਰ ਤੁਸੀਂ ਪੱਥਰਾਂ ਦੇ ਟੁਕੜੇ ਦੇਖ ਸਕਦੇ ਹੋ, ਲੋਕ ਇਕੱਠੇ ਹੋ ਕੇ ਬਾਹਰ ਆ ਗਏ ਸੀਗੇ, ਔਰ ਜੋ ਕਿਸ ਤਰ੍ਹਾਂ ਬੀਬੀਆਂ ਜੋ ਕੁਰਲਾ ਰਹੀਆਂ ਨੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਉੱਪਰ ਜੋ ਹਮਲਾ ਹੋਇਆ ਸੀਗਾ। ਜੀ ਹਾਂ, ਇਲਾਕੇ ਦੀ ਇਹ ਤਸਵੀਰਾਂ ਨੇ, ਉਸ ਇਲਾਕੇ ਦੀ ਤਸਵੀਰਾਂ ਨੇ ਆ। ਕਿਸ ਤਰ੍ਹਾਂ ਤੁਸੀਂ ਸੜਕਾਂ 'ਤੇ ਲੋਕ ਤੁਸੀਂ ਦੇਖ ਸਕਦੇ ਹੋ, ਕਿਸ ਤਰ੍ਹਾਂ ਕੁਰਲਾ ਰਹੇ ਨੇ ਅਤੇ ਮਦਦ ਦੀ ਉਮੀਦ ਕਰਦੇ ਪਏ ਨੇ ਸੰਗਤਾਂ ਤੋਂ, ਪਰ ਕੋਈ ਪ੍ਰਸ਼ਾਸਨ ਜਿੱਥੇ ਕਿ ਜੋ ਪੁਲਿਸ ਜੋ ਕਿ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ, ਉਹ ਆਪ ਹੀ ਉਹਨਾਂ ਵਾਸਤੇ ਦਾਨਵ ਬਣ ਕੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਪੁਲਿਸ ਨੇ। ਮਾਵੜੀ ਮਾਤਰ ਸਦਾ ਮਾਰੇ ਇੱਕ ਕੋਈ ਸਾਥ ਨਹੀਂ ਖੜਾ ਉਹ ਠੇਕ ਰਿਹਾ।
जयपुर के नाल लगते हुए जगह राजस्थान जयपुर के झलना पिंड कि झलना नाम के पिंड उ बिल्कुल डूंगरी नाम की जगह हैगी है जिथे है जो कल 17 मार्च में हुई सी 17 मार्च के जो दोपहर की गल हैगी है जो सिकड़ीगढ़ में जा रहे सिखा का जो उ काफ़ी उत्थे मौजूद ने यह जुरागी सिंह के घर की तुम फुटेज देखी यह गुरद्वारा साहब के किस तरीके जो साजो समान उतों का जो सारा जो गिराया गया है साजिश के तहत सारा काम होया है कि किस तरीके जो गुलदस्ते तुसी देख सकते हो कि गुलदस्ते भी गिराए गए हैं उस तो अलावा जो कीर्तनी सिंह के जो वाजे ने वो भी अस्त व्यस्त किए गए हैं माइक स्टैंड उत्ते सुटे हुए हैं माइक स्टैंडा जो पूरा गिराया गया है क्योंकि काफ़ी जो प्लैनिंग के तहत जो पुलिस गुरद्वारा साहब आके उन्होंने जो बूटा समय संगत वालों दसया जा रहा है कि जो उत्थे दे जो प्रत्यक्ष दर्शी सी उन्होंने सानू दसिया कि भाई किस तरह बूटा समेत वो आके अंदर वड़ के उन्होंने जो बूटा समेत गुरद्वारा साहब के विच अंदर आ गए थे गुरद्वारा साहब की जो जो तस्वीर तुम देख सकते उस समय की जो है गल हुई सी उस समय की वीडियो अकाल चैनल पर एक्सकलूसिवली सारी तुहानू फुटेज दिखाई जा रही हैगी है पत्थर किस तरीके जो गुरद्वारा साहब के विच किस तरह तुम पत्थर देख सकते हो किस तरह उत्थे मौजूद हैगे ने या शीशा देख सकते हो किस तरीके शीशा तोड़िया गया हैगा कच उत्थे विखरिया पिया हैगा कच जो विखर के थले गिर गया होया यहाँ गुरद्वारा साहब के एंट्री गेट का शीशा सीगा एंट्री गेट पर ही यह शीशा लगा हुआ सीगा उस अलावा होर जो घायल जो हुए ने उन्होंने बाद चो पट्टी की गई बाद की असी तस्वीर तुम दिखाने लगे हाँ कि यह तुसी देखो संगत जी कि जो लोग घायल वे हुए थे सिर पर उस बच्चे के सट वजी हैगी है सिर पर पट्टी भी की गई हैगी है सिकलीगढ़ बंजारे सिख ने उधर की संगत जिन्हों के सट्टा वजिया ने सिर पर उपर काफ़ी गहरा जो घाव तो उस तो अलावा यही परिवार उन्हों का उस बच्चे की जिसे सट वजी वो मदर हैगी है तो काफ़ी सिर पर जो गहरी उस बच्चे के सिर पर सट भी आई हैगी जिदे करके काफ़ी उसका नुकसान होया है उस तो अलावा कुछ घर की फुटेज तुम दिखा रहे हैं कि जो घर तुम देख सकते हो कि किस तरीके घर जबरदस्ती पुलिस वाले ने तोड़िया है उत्थे जो पानी की जो कुछ टंकियां थले पईयां होईयां सी उहदे टक्कण दे नाल जो घर के दरवाजे उपर जो है जोर लगा के उन्होंने तोड़िया गया है पानी की टंकी तुम देख सकते हो कि पानी की टंकी के ढक्कन के नाल जो दरवाजे तोड़े गए उस तो अलावा कुछ खिड़कियां इतने देख सकते हो कि उसे दसया गया जा रहा है कि उस तो अलावा जो बदसलूकी भी की गई हैगी औरतों जो अपशब्द भी उत्थे बोले गए ने घर की फुटेज हैगी छोटे बच्चे तुम देख सकते हो कि मत्थे तो सट वजी हुई है कि प्रशासन वालों या पुलिस वालों जो भी कार्रवाई वो छोटे बच्चे तक उन्होंने मत्थे भी पत्थर की सट आई है एक दूसरे घर वाल लैके चलते हैं जे होर दूसरा घर है जिदा शीशा टुटिया होया पत्थरबाजी करके होर पुलिस वालों जो लाठी चार्ज करके तुसी देख सकते हो कि पूरा वो जो शीट हैगी दरवाजे की पूरी तोड़ी गई हैगी है उस तो अलावा पुलिस ने शीट तोड़ के फिर दरवाजे के अंदर हाथ पा के उन्होंने कुंडी खोली कुंडी खोल के घर के वड़ गए तो अंदर जो भी नुकसान वो करना कर सके वो कर दे किया उन्होंने मोटरसाइकिल खलोती हुई है वो भी तुम देख सकते हो किस तरीके जो तोड़िया गया है मोटरसाइकिल भी कुछ जो बजुर्ग लोग लेडीज़ उत्थे से उन्होंने नाल भी उन्होंने इस लेडीज़ को भी दसिया कि उन्होंने भी मारिया उन्होंने भी जो मार कुटाई की सी जी हाँ होर भी जो गुरद्वारा साहब के बिल्कुल सामने जो घर है उत्थे भी तुम दिखा रहे हैं कि दरवाजे किस तरीके दरवाजे तोड़े हुए हैं लोगों के घर वड़ के पुलिस ने तसद्दत की हैगी है कि अंदरों जी जो संगत ने दसिया कि वालां नाल खिंच के जो केसा नाल खिंच के पुलिस ने उन्होंने घरों बाहर कढ़िया सीगा तो गेट तुम देख सकते हो किस तरह तोड़ा गया यह बच्चा तुम देख सकते हो कि स्टूडेंट एक हैगा वो जो हाथ से जो सट्टा वजिया हुई ने दसिया जा रहा है कि स्टूडेंट का उदन एग्जाम भी सीगा पर इस हंगामे करके इस सट्टा करके और इस जो तसद्दत करके एग्जाम भी नहीं देन जा पाया यह गुरद्वारा साहब के बाहर की छज्जे की एक तस्वीर तुम देख सकते हो साफ उस कि किस तरीके पत्थर उत्थे पे एक पुलिस वाले की जी हाँ एक पुलिस वाले की जो कैप होंगी है जो टोपी होंगी वह भी तुम साफ देख सकते हो कि पुलिस वाले की टोपी उत्थे रह गई हैगी तुहानू इस तो आप सबूत तुहानू मिलता है कि किस तरीके तसद्दत की होगी लाठियां उहदे विच उत्थे तुसी हजे भी लाठियां दिखाई दे रही है लाठियां उत्थे मौजूद हैगियां होर भी जो घायल होए ने घायलों के नाल जो घायलों के तुम देख सकते हो कि घायलों के भी निशान तुम देख सकते हो उन्होंने पिठ से निशान
जो पए हुए ने साफ निशान पता लगते पे ने कि घायलों के निशान पे ने लाठीचार्ज के नाल नील उन्होंने पा दिए गए हैं। काफ़ी नुकसान उन्होंने रहन वाले लोकल सिखा का किया गया है। गुरद्वारा साहब के तुम दोबारा लैके चलते हैं कि उस वेले तुसी हालत देखी पर हजे भी गुरुद्वारा साहब के असी जो तुहानू लेटेस्ट फुटेज जो ताज़ा फुटेज दिखाते हैं वो तुहानू पहले जो फुटेज दिखाई सी कट्टां वेले दी फुटेज सी जो ताज़ा फुटेज है तुहानू दिखा रहे हैं कि गुरुद्वारा साहब के भी एंट्री ते ही तुसी देख सकते हो कि किस तरीके शीशा टुटा सीगा शीशा तोड़िया गया सीगा जो उहदा कच भी जो उहदा थले गिरिया होया सीगा पूरा शीशा तुसी देख सकते हो टुटिया होया शीशा उत्थे पिया होया हैगा। गुरुद्वारा साहब के नाल जो निशान साहब सीगा असीं निशान साहब वाल भी तुहानू लैके जावांगे। निशान साहब के नाल भी छेड़छाड़ की गई उन्हों भी जो तोड़न की कोशिश की गई सी निशान साहब के जो खंभे नू जो थले जो लोहे का स्तंभ होंदा उन्हों भी तोड़ हिला तोड़न की कोशिश की गई सी कि यह थले एक बोर्ड गुरुद्वारा साहब के विच होल्डिंग लगा होया सीगा उन्हों भी तोड़ के गिरा दिता गया तो बोर्ड नू भी नहीं छड़िया गया। उस तो अलावा गुरुद्वारा साहब के अंदर तुहानू असीं लैके चलदे हैगे गुरुद्वारा साहब के विच बूटों के निशान तुम साफ देख सकते हो पुलिस वाले के बूटों के निशान वो गंदगी उन्होंने बूट की गंदगी तुम साफ देख सकते हैं वो बूटा समेत ही अंदर चले गए थे। टोपी छोटी तुम देख सकते हो पुलिस वाले की जो कैप होंगी कॉन्स्टेबल की कैप वो तुम बड़े आराम नाल देख सकते हो। इस तो साफ जाहिर होंगे कि पुलिस वाले ने आप इतने आके इन्ना जो जो यहोजा कर्म उन्होंने किया है जिदे करके गुरुद्वारा साहब तक उन्होंने नहीं बख्शिया तो पुलिस वाले ने दोबारा लोगों को 84 वर्गा माहौल उन्होंने कहा कि दोबारा उन्होंने 84 वर्गा माहौल उन्होंने दोबारा राजस्थान के जयपुर जिले के उत्थे नज़र आया सीगा जयपुर नाम की जगह दे विच उत्थे नज़र आया सीगा। संगत जी वाहिगुरू जी का खालसा वाहिगुरू जी की फतेह जी। चलना के जो 17 मार्च में जो घटना हुई सी असी असी इस टाइम जुड़ चुके हैं उत्थे जो साढ़े जो उस गुरद्वारा साहब के जो हजूरी रागी सिंह ने जतिंदर सिंह जी असी उन्होंने असी जुड़ चुके हैं उन्होंने असी गलबात करांगे। जतिंदर सिंह जी गुरु फतेह की सांझ करते हैं अकाल चैनल तुहाडा स्वागत है। वाहिगुरू जी का खालसा वाहिगुरू जी की फतेह। हाँ जी जतिंदर सिंह जी तुसी कित्थे दे रहण वाले हो जी तुसी उस गुरद्वारा साहब दे ही तुसी हजूरी रागी हो की कहोगे अपने बारे दसो संगत नूं। जी मैं जयपुर का रहने वाला हाँ जिथे गुरुद्वारा साहब गुरु तेग बहादुर साहब गुरु तेग बहादुर नगर के ही रहने वाला हूँ। ठीक है जो कि 100 फीट दी है ठीक है जिस दे विच साडे सिख दा एक प्लॉट आ गया सी जेड़ा तैयार सी बिल्कुल ठीक है ओनू प्रशासन सवेरे 7 बजे तो तोड़ रहा सी ठीक है तोड़दे शाम नु 7 बज के काम पूरा निबट गया सी ठीक है जी निबट गया थी। उस तो बाद असी इकट्ठे हो के देख रहे सी 25 मुंडे सी असी ठीक है लेडीयां भी सी नाल असी इकट्ठे हो के देख रहे सी पुलिस प्रशासन नु पता नहीं की होया उन्होंने पिछों आके साडे लाठी चार्ज करता यानी कि ताड़े वालों कोई ताड़े वालों कोई कार्रवाई तो नहीं सी कीती कोई रोष तो नहीं सी कोई कार्रवाई नहीं कोई कार्रवाई नहीं क्योंकि इस काम सवेरे 7 बजे तो चल रहा है शाम नु 5 बज गए जी ऐसी कुछ करना होता तो सवेरे दा ही कर सकते ठीक है यानी कि तुसी सिर्फ उत्ते खड़े होके देख रहे सी कि ओदे विच भी पुलिस ने आके लाठी चार्ज कर दिता बस यही गलती उन्होंने पिछो लाठी चार्ज किया असी अपने बचाव दे विच पत्थर मारने स्टार्ट करते ठीक है जी असी पत्थर मारने स्टार्ट किए उधरों पुलिस ने ये मारने करते स्टार्ट ठीक है जी असी 25 मुंडे सी ते पुलिस प्रशासन 2500 सी अच्छा जी 2500 पुलिस प्रशासन ने तुसी 25 सिर्फ उथे जने सीगे हां जी ते ओना ने की कीता फिर इक्को वारी 2500 ने इक्को वारी हमला कीता सारे ठीक है ते जेड़ा गुरुद्वारा साहिब जिसकी बेद भी हुई है वो गुरुद्वारा साहिब ते जिथे रोड बन रही है मेन हाईवे ठीक है उसका डिस्टेंस करीबन 60 फीट का होना है ठीक है दरवाजे तोड़े गए गेट तोड़े गए ਬੱਚਿਆਂ ਨੂੰ ਮਾਰਿਆ ਗਿਆ ਤੇ ਉਹ ਸੋਚੇ ਸੀ ਕਿ ਇਹ ਸਾਰੇ ਲੁਕਣ ਵਾਸਤੇ ਗੁਰਦੁਆਰਾ ਸਾਹਿਬ ਵਿੱਚ ਵੜ ਗਏ ਠੀਕ ਹੈ ਉਹਨਾਂ ਨੇ ਫਿਰ ਕੀ ਇਹ ਪਥਰਾਵ ਸਟਾਰਟ ਕਰਤਾ ਗੁਰਦੁਆਰਾ ਸਾਹਿਬ ਦੇ ਵਿੱਚ
ਹਾਂਜੀ ਅਸੀਂ ਉੱਥੇ ਤੇ ਹੈਗੇ ਨਹੀਂ ਸੀ ਗੁਰਦੁਆਰੇ ਸਾਹਿਬ ਦੇ ਨਹੀਂ ਉਹ ਪਥਰਾਵ ਕਿਨੇ ਸ਼ੁਰੂ ਕੀਤਾ ਉਹ ਪਥਰਾਵ ਕਿਨੇ ਸ਼ੁਰੂ ਕੀਤਾ ਗੁਰਦੁਆਰਾ ਸਾਹਿਬ ਤੇ ਉਹ ਉਹਨਾਂ ਨੇ ਕੀਤਾ ਸੀ ਪੁਲਿਸ ਵਾਲੇ ਅੱਛਾ ਠੀਕ ਹੈ ਕਿਉਂਕਿ ਅਸੀਂ ਪਹਿਲਾਂ ਪਥਰਾਵ ਕੀਤਾ ਸੀ ਤੇ ਉਹਨਾਂ ਨੇ ਹੀ ਪਥਰਾਵ ਕੀਤਾ ਸੀ ਠੀਕ ਹੈ ਅਸੀਂ ਤੇ ਭੱਜ ਗਏ ਸੀ ਉਹ ਪੱਥਰ ਮਾਰ ਰਹੇ ਸੀ ਸਾਨੂੰ ਠੀਕ ਹੈ ਜੀ ਤੇ ਉਹ ਗੁਰਦੁਆਰੇ ਸਾਹਿਬ ਵੀ ਪੱਥਰ ਗਏ ਤੇ ਅੰਦਰ ਸੇਵਾਦਾਰ ਸੀ ਉਹਦਾ ਮੁੰਡਾ ਸੀ ਠੀਕ ਹੈ ਅੰਦਰ ਉਹ ਸ਼ੂਜ਼ ਲੈ ਕੇ ਵੜ ਗਏ ਪੁਲਿਸ ਵਾਲੇ ਯਾਨੀ ਕਿ ਉਹ ਸਾਰੇ ਆਪਣੇ ਸ਼ੂਜ਼ ਵਗੈਰਾ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਗਏ ਸੀ ਉਹ ਸਾਰੇ ਵੜ ਗਏ ਸ਼ੂਜ਼ ਲੈ ਕੇ 20 25 ਸੀ ਅੱਛਾ ਉਹਨਾਂ ਨੇ ਅੰਦਰ ਸੇਵਾਦਾਰ ਨੂੰ ਮਾਰਿਆ ਉਹਦੇ ਮੁੰਡੇ ਨੂੰ ਮਾਰਿਆ ਬਹੁਤ ਮਾਰਿਆ ਤੇ ਨਾਲੋਂ ਪੁਲਿਸ ਨੂੰ 15 16 ਮੁੰਡਿਆਂ ਨੂੰ ਫੜ ਕੇ ਲੈ ਗਏ ਠੀਕ ਹੈ ਤੇ ਅਸੀਂ ਫਿਰ ਰਾਤ 11 ਵਜੇ ਸਰਦਾਰ ਅਜੇਪਾਲ ਸਿੰਘ ਨੇ ਰਾਸ਼ਟਰੀ ਸਿੱਖ ਸਮਾਜ ਦੇ ਅਧਿਕ ਉਹਨਾਂ ਨੇ ਸਾਡੀ ਜ਼ਮਾਨਤਾਂ ਕਰਾਈਆਂ ਰਾਤ ਨੂੰ 11 ਸਾਢੇ 11 ਵਜੇ ਠੀਕ ਹੈ ਇਹ ਸਾਰੀ ਘਟਨਾ ਸੀ ਉੱਥੇ ਠੀਕ ਹੈ ਯਾਨੀ ਅਜੇਪਾਲ ਸਿੰਘ ਜੀ ਉਹ ਕੌਣ ਨੇ ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਹੋ ਹਾਂਜੀ ਤੇ ਆਪ ਜੀ ਨੂੰ ਅੱਜ ਅਜੇਪਾਲ ਸਿੰਘ ਜੀ ਨੂੰ ਪੁੱਛਣਾ ਚਾਹ ਰਹੇ ਅਜੇਪਾਲ ਸਿੰਘ ਜੀ ਕੌਣ ਨੇ ਜਿਹਨਾਂ ਦਾ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਨੇ ਕੀ ਕੀਤਾ ਇਹ ਰਾਜਸਥਾਨ ਸਿੱਖ ਸਮਾਜ ਦੇ ਅਧਿਕਸ਼ ਨੇ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡੇ ਤੇ ਵੀ ਕੋਈ ਸੱਟਾਂ ਆਈਆਂ ਸੀ ਜਿੰਦਰਪਾਲ ਸਿੰਘ ਜੀ ਤੁਹਾਨੂੰ ਵੀ ਮਾਰਿਆ ਸੀਗਾ ਤੁਹਾਨੂੰ ਵੀ ਲਾਠੀ ਚਾਰਜ ਤੇ ਤੁਹਾਨੂੰ ਵੀ ਸ਼ਿਕਾਰ ਲਾਠੀ ਚਾਰਜ ਕੀ ਲਾਠੀ ਚਾਰਜ ਕੀਤਾ ਸੀ ਪੱਥਰ ਅਸੀਂ ਵੀ ਸਟਾਰਟ ਕੀਤੇ ਸੀ ਮੈਂ ਉਹਨੇ ਦੇ ਵਿੱਚ ਇਨਵੋਲਵ ਸੀ ਠੀਕ ਹੈ ਪਰ ਅਸੀਂ ਸਾਰੇ ਭੱਜੀਏ ਸੀ ਕਿਉਂਕਿ ਉਹ 3000 ਤੇ ਅਸੀਂ 25 ਸੀ ਅਸੀਂ ਕੁਝ ਨਹੀਂ ਕਰਦੇ ਸੀ ਠੀਕ ਹੈ ਜੀ ਤੇ ਹੁਣ ਦਾ ਹੁਣ ਸਾਡੇ ਕੋਲ ਹੁਣ ਦੀ ਕੀ ਅਪਡੇਟ ਹੈ ਸਾਡੇ ਕੋਲ ਕੋਈ ਹਥਿਆਰ ਵਤਿਆਰ ਨਹੀਂ ਸੀ ਕੁਝ ਠੀਕ ਹੈ ਹੁਣ ਦੀ ਕੀ ਅਪਡੇਟ ਹੈਗੀ ਹੁਣ ਉੱਥੇ ਕੀ ਮਾਹੌਲ ਹੈਗਾ ਉੱਥੇ ਹੁਣ ਤੇ ਠੰਡਾ ਮਾਹੌਲ ਹੈ ਕੁਛ ਵੀ ਹੋ ਰਿਹਾ ਹੁਣ ਨਹੀਂ ਹੋ ਰਿਹਾ ਜੋ ਉਸ ਦਿਨ ਹੋਇਆ ਸੀ ਬਸ ਉਸ ਤੋਂ ਬਾਅਦ ਕੁਛ ਠੀਕ ਹੈ ਕਿ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਜੋ ਤੁਸੀਂ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰੀ ਸੰਗਤ ਵੱਲੋਂ ਪ੍ਰਸ਼ਾਸਨ ਕੋਲ ਆਪਣੀ ਗੱਲ ਨੂੰ ਲਿਜਾਣ ਵਾਸਤੇ ਤੁਸੀਂ ਕੋਈ ਕਾਰਵਾਈ ਕੀਤੀ ਹੈ ਇਹਦੇ ਕੋਈ ਮੰਗ ਪੱਤਰ ਤੁਸੀਂ ਪ੍ਰਸ਼ਾਸਨ ਨੂੰ ਦਿੱਤਾ ਇਸ ਬਾਰੇ ਕੀ ਆ ਗੱਲਾਂ ਕਿਉਂ ਹੋਈਆਂ ਨਹੀਂ ਵੀਰ ਜੀ ਅਸੀਂ ਮੰਗ ਪੱਤਰ ਤੇ ਨਹੀਂ ਦਿੱਤਾ ਕਿਉਂਕਿ 3-4 ਦਿਨ ਕੋਰਟ ਵੀ ਬੰਦ ਸੀ ਠੀਕ ਹੈ ਤੇ ਤੁਹਾਡੇ ਵੱਲੋਂ ਕੀ ਇਹਦਾ ਐਕਸ਼ਨ ਲਿਆ ਗਿਆ ਤੁਹਾਡੇ ਵੱਲੋਂ ਕੀ ਇਹਦੀ ਜੋ ਜਵਾਬ ਦੇ ਵਿੱਚ ਤੁਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਇਸ ਬਾਰੇ ਉਧਰ ਡੀਸੀਪੀ ਸਾਹਿਬ ਦੇ ਨਾਲ ਐਸਪੀ ਸਾਹਿਬ ਦੇ ਨਾਲ ਕਿਸੇ ਨਾਲ ਤੁਸੀਂ ਮੁਲਾਕਾਤ ਕੀਤੀ ਗੱਲਬਾਤ ਕੀਤੀ ਪਰ ਉਹ ਸਾਡੇ ਅਜੇਪਾਲ ਸਿੰਘ ਜੀ ਨਾ ਸਿੱਖ ਸਮਾਜ ਦੇ ਅਧਿਕਸ਼ ਹਾਂਜੀ ਉਹ ਕਹਿ ਰਹੇ ਨੇ ਤੁਸੀਂ ਰਹਿਣ ਜੋ ਮੈਂ ਆਪਣੇ ਲੈਵਲ ਤੇ ਗੱਲ ਕਰਾਂ ਠੀਕ ਹੈ ਜੀ ਕਿਉਂਕਿ ਉਹ ਤੁਹਾਡੀ ਮੰਨਣਗੇ ਨਹੀਂ ਮੇਰੀ ਜ਼ਿਆਦਾ ਮੰਨਣ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਇਹ ਸਨ ਸੰਗਤ ਜੀ ਜਤਿੰਦਰ ਸਿੰਘ ਜੀ ਜੋ ਕਿ ਹਜ਼ੂਰੀ ਰਾਗੀ ਹੈਗੇ ਆ ਉਸੇ ਗੁਰਦੁਆਰਾ ਸਾਹਿਬ ਦੇ ਜਲਣਾ ਜਿੱਥੇ ਘਟਨਾ ਹੋਈ ਸੀਗੀ ਅਸੀਂ ਹੋਰ ਅਸੀਂ ਦਿੱਲੀ ਸਟੂਡੀਓ ਤੋਂ ਅਸੀਂ ਗੱਲਬਾਤ ਕਰਦੇ ਪਏ ਹਾਂ ਅਸੀਂ ਉੱਧਰ ਤੁਹਾਨੂੰ ਸਾਰੀ ਤੁਹਾਨੂੰ ਲਾਈਵ ਅਸੀਂ ਤੁਹਾਨੂੰ ਫੁਟੇਜ ਦਿਖਾ ਰਹੇ ਹੈਗੇ ਹਾਂ ਉੱਧਰ ਦਾ ਜੋ ਸਾਡੇ ਜੋ ਲਾਈਵ ਉੱਧਰ ਦੇ ਸਾਡੇ ਜੋ ਅਸੀਂ ਸਾਨੂੰ ਦਿਖਾ ਰਹੇ ਹਾਂ ਉਹ ਸੰਗਤਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ ਜਿਹੜੇ ਰਾਜਸਥਾਨ ਜੈਪੁਰ ਦੇ ਵਿੱਚ ਉਸੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੈਠੇ ਹੋਏ ਨੇ ਸਾਰੀ ਸੰਗਤਾਂ ਅਸੀਂ ਹੋਰ ਸੱਜਣਾ ਵੱਲ ਅੱਗੇ ਵੱਧਦੇ ਹਾਂ ਸੰਗਤ ਜੀ ਅਸੀਂ ਅਗਲੇ ਜੋ ਨੌਜਵਾਨ ਵੱਲ ਚੱਲਦੇ ਹੈਗੇ ਜਿਹੜੇ ਵੀਰ ਜੀ ਜਿਹਨਾਂ ਨੂੰ ਸੱਟਾਂ ਲੱਗੀਆਂ ਨੇ ਜਿਹਨਾਂ ਨੂੰ ਅਸੀਂ ਉਹਨਾਂ ਵੱਲ ਤੁਹਾਨੂੰ ਅਸੀਂ ਨਾਲ ਜੋੜਦੇ ਹੈਗੇ ਉਹਨਾਂ ਵੀਰ ਔਰ ਜਿਹਨਾਂ ਵੀਰ ਜੀ ਨਾਲ ਜੁੜਦੇ ਹਾਂ ਅਸੀਂ ਵੀਰ ਜੀ ਨਾਲ ਗੁਰੂ ਫਤਿਹ ਦੀ ਸਾਂਝ ਕਰਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਹਾਂਜੀ ਆਪ ਜੀ ਦਾ ਨਾਮ ਵੀਰ ਜੀ ਕਰਨੈਲ ਸਿੰਘ ਹਾਂਜੀ ਕਰਨੈਲ ਸਿੰਘ ਜੀ ਕੀ ਕਹੋਗੇ ਕੀ ਹੋਇਆ ਸੀਗਾ ਉਦੋਂ 17 ਮਾਰਚ ਨੂੰ ਤੁਹਾਨੂੰ ਇੰਨੀ ਸੱਟਾਂ ਲੱਗੀਆਂ ਹੋਈਆਂ ਕੀ ਕਹੋਗੇ ਵੀਰ ਜੀ ਅਸੀਂ ਟੀਵੀ ਦੇਖ ਰਹੇ ਸੀ ਘਰ ਦੇ ਵਿੱਚ ਠੀਕ ਹੈ ਘਰਾਂ ਦੇ ਵਿੱਚ ਘੁਸ ਕੇ ਉਹਨਾਂ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਸਾਡੀ ਟੀਵੀ ਸੀ ਟੀਵੀ ਤੋੜ ਦਿੱਤੀ ਉਹਨਾਂ ਨੇ ਘਰ ਦੇ ਵਿੱਚ ਜਦੋਂ ਬਾਹਰ ਨਿਕਾਲ ਉਹਨੇ ਪੱਥਰ ਚਲਾ ਦਿੱਤੇ ਸਾਡੇ ਉੱਪਰ ਪੱਥਰ ਸਿਰ ਤੋਂ ਤਾਂ ਸੱਟ ਲੱਗੀ ਸੀ ਉਹਦੇ ਵਿੱਚ ਬਲੱਡ ਬਹੁਤ ਜ਼ਿਆਦਾ ਵੇਰਾ ਸੀ ਜਿਹੜੇ ਮੈਂ ਟੀ ਸ਼ਰਟ ਪਹਿਰੇ ਸੀ ਉਹ ਵੀ ਖੂਨ ਦੇ ਲਾਲ ਬਹੁਤ ਜ਼ਿਆਦਾ ਪੈ ਗਈ ਸੀ ਠੀਕ ਹੈ ਜਦੋਂ ਫਿਰ ਜਦੋਂ ਸਾਨੂੰ ਕੋਲ ਲੈ ਗਏ ਪੁਲਿਸ ਵਾਲੇ ਸੀ ਉਹਨਾਂ ਨੇ ਪਕੜ ਕੇ ਔਰ 20 ਮੁੰਡੇ ਨੇ ਸਾਨੂੰ ਮਾਰਿਆ ਠੀਕ ਹੈ ਟੰਗ ਟੰਗ ਦੇ ਸਾਨੂੰ ਥਾਣੇ ਲੈ ਗਏ ਅੱਛਾ ਲੱਤਾਂ ਤੇ ਮਾਰਿਆ ਤੁਹਾਨੂੰ ਹਾਂਜੀ ਠੀਕ ਹੈ ਜੀ ਤੇ ਤੁਹਾਨੂੰ ਸੱਟਾਂ ਲੱਗੀਆਂ ਹੋਈਆਂ ਕਾਫੀ ਤੇ ਪੱਟੀ ਪੁੱਟੀ ਵਗੈਰਾ ਕਰਵਾਈ ਹੈ ਤੁਸੀਂ ਹਾਂਜੀ ਸਰ ਸਰ ਦੇ ਵਿੱਚ 3 ਟਾਂਕੇ ਆਏ ਨੇ ਠੀਕ ਹੈ 3 ਟਾਂਕੇ ਦੇ ਮਤਲਬ ਸਿਰ ਦੇ ਵਿੱਚ 3 ਟਾਂਕੇ ਆਇਆ ਤੁਹਾਨੂੰ ਅੱਛਾ ਔਰ ਪਾਉਣ ਦੇ ਵਿੱਚ ਚਲਾਣ ਜਾਂਦਾ ਸਾਨੂੰ ਹਾਂਜੀ ਤੇ ਅਚਾਨਕ ਕੀ ਗੱਲ ਹੋ ਗਈ ਸੀ ਕਿ ਤੁਹਾਡੇ ਵੱਲੋਂ ਉਹਨਾਂ ਤੇ ਕੋਈ ਤੁਹਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਪੁਲਿਸ ਨੇ ਕਿ ਸਿੱਧਾ ਲਾਠੀਆਂ ਵਸਾਨੀ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਉਦੋਂ ਕਿਉਂਕਿ ਅਚਾਨਕ ਤੁਸੀਂ ਦੱਸ ਰਹੇ ਤੁਹਾਡੀ ਕੋਈ ਗਲਤੀ ਨਹੀਂ ਸੀ ਅਚਾਨਕ ਲਾਠੀਆਂ ਵੱਜਣੀ ਸ਼ੁਰੂ ਹੋ ਗਈ ਸੀਗੀ ਅਚਾਨਕ ਹੀ ਜਦੋਂ ਘਰ ਟੁੱਟ ਰਹੇ ਸੀ ਤਾਂ 20-25 ਮਿੰਟ ਰੋਡ ਤੇ ਖੜੇ ਸੀ ਉਹ ਦੇਖ ਰਹੇ ਸੀ ਉਹਨਾਂ ਨੇ ਪਿੱਛੇ ਆ ਕੇ ਸਾਡੇ ਉੱਤੇ ਮਤਲਬ ਲਾਠੀ ਚਾਰਜ ਕੀਤਾ ਜਦ ਸਾਨੂੰ ਵੱਜਣੀ ਥਾਂ ਨਹੀਂ ਮਿਲੀ ਅਸੀਂ ਜਿੰਨੇ ਮੁੰਡੇ ਸੀ ਉਹਨਾਂ ਨੇ ਪੱਥਰਾਂ ਚਲਾ ਦਿੱਤੇ ਫਿਰ ਉਹਨਾਂ ਨੇ ਪੱਥਰਾਂ ਚਲਾਤੇ ਠੀਕ ਹੈ ਠੀਕ ਹੈ ਤੇ ਤੁਹਾਡੀ ਹਾਲਤ ਠੀਕ ਹੈਗੀ ਡਾਕਟਰ ਨੇ ਕੀ ਕਿਹਾ ਤੁਸੀਂ ਇਲਾਜ ਤੁਸੀਂ ਡਾਕਟਰ ਕੋਲ ਗਏ ਹੋ ਹਾਂਜੀ ਵੀਰ ਜੀ ਹਾਂਜੀ ਤੇ ਡਾਕਟਰ ਨੇ ਕੀ ਕਿਹਾ ਤੁਹਾਨੂੰ ਠੀਕ ਹੋਣਾ ਤੁਹਾਨੂੰ ਟਾਈਮ ਲੱਗੇਗਾ 15-20 ਮਿੰਟ ਦਿਨ ਲੱਗਣਗੇ ਤੁਹਾਨੂੰ ਠੀਕ ਹੈ ਹਾਂਜੀ ਉਹ ਟਾਕੇ ਖੁੱਲਣਗੇ 27-28 ਟਾਕੇ ਖੁੱਲਣਗੇ ਅੱਛਾ ਠੀਕ ਹੈ ਜੀ
ਠੀਕ ਹੈ ਸੰਗਤ ਜੀ, ਅਸੀਂ ਅਸੀਂ ਇਹਨਾਂ ਦੇ ਨਾਲ ਵੀ ਗੱਲ ਕੀਤੀ, ਕਰਨੈਲ ਸਿੰਘ ਜੀ ਜੋ ਕਿ ਉਹਦੇ ਵਿੱਚ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਸੀਗੀਆਂ ਅਤੇ ਕਾਫੀ ਤੁਸੀਂ ਦੇਖਿਆ ਕਿ ਕਿੱਦਾਂ ਉਹਨਾਂ ਨੂੰ ਜੋ ਕੋਈ ਉਹਨਾਂ ਦਾ ਕਸੂਰ ਨਹੀਂ ਸੀ ਉਹਨਾਂ ਨੂੰ ਜੋ ਸੱਟਾਂ ਲੱਗੀਆਂ, ਅਤੇ ਅਸੀਂ ਹੋਰ ਤਰੀਕੇ ਅਕਾਲ ਚੈਨਲ ਦਿੱਲੀ ਸਟੂਡੀਓ ਵੱਲੋਂ ਅਨਸੈਂਸਰਡ ਅਸੀਂ ਪ੍ਰੋਗਰਾਮ ਅਸੀਂ ਤੁਹਾਡੇ ਅੱਗੇ ਪੇਸ਼ ਕਰਦੇ ਪਏ ਹਾਂ, ਜਿਹਦੇ ਵਿੱਚ ਖਾਸ ਤੁਹਾਨੂੰ ਅਸੀਂ ਲਾਈਵ ਫੁਟੇਜ ਦਿਖਾ ਰਹੇ ਹਾਂ, ਉੱਧਰ ਦੇ ਲਾਈਵ ਸੰਗਤਾਂ ਨਾਲ ਤੁਹਾਨੂੰ ਜੋੜਦੇ ਪਏ ਹਾਂ ਕਿ ਜਿਹਦੇ ਵਿੱਚ ਜੈਪੁਰ ਦੇ ਵਿੱਚ ਜੋ ਲੋਕ ਹੈਗੇ ਨੇ ਜਿਨ੍ਹਾਂ ਨੂੰ ਜੋ 17 ਤਰੀਕ ਨੂੰ ਸੱਟਾਂ ਲੱਗੀਆਂ ਸੀ ਉਹਨਾਂ ਨਾਲ ਅਸੀਂ ਤੁਹਾਨੂੰ ਜੋੜ ਰਹੇ ਹਾਂ। ਅਸੀਂ ਅਗਲੀ ਸੰਗਤ ਵੱਲ ਚੱਲਦੇ ਹਾਂ। ਸੰਗਤ ਜੀ, ਅਸੀਂ ਹੋਰ ਸੰਗਤਾਂ ਵੱਲ ਚੱਲਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਉਸੇ ਗੁਰਦੁਆਰਾ ਸਾਹਿਬ ਦੇ ਝਲਣਾ ਵਿਲੇਜ ਦੇ ਉਸ ਪਿੰਡ ਦੇ ਜੋ ਗੁਰਦੁਆਰਾ ਸਾਹਿਬ ਦੇ ਜੋ ਜਨਰਲ ਸੈਕਟਰੀ ਨਾਲ ਅੰਮ੍ਰਿਤ ਸਿੰਘ ਜੀ ਨਾਲ ਸੀ, ਉਹਨਾਂ ਨਾਲ ਗੁਰੂ ਫਤਿਹ ਦੀ ਸਾਂਝ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਹਾਂਜੀ ਵੀਰ ਜੀ, ਕੀ ਆਪਣਾ ਕੀ ਕਹੋਗੇ ਤੁਸੀਂ, ਕੀ ਹੋਇਆ ਸੀ 17 ਮਾਰਚ ਨੂੰ? ਤੁਸੀਂ ਉਹ ਗੁਰਦੁਆਰਾ ਸਾਹਿਬ ਦੇ ਜਨਰਲ ਸੈਕਟਰੀ ਹੈਗੇ ਹੋ, ਕੀ ਹੋਇਆ ਸੀ 17 ਮਾਰਚ ਨੂੰ? ਵੀਰ ਜੀ, ਇੱਥੇ ਕੀ ਹੈ, ਦਿੱਲੀ ਹਾਈਵੇ 100 ਫੁੱਟ ਰੋਡ ਬਣ ਰਹੀ ਹੈ ਜੀ। ਠੀਕ ਹੈ ਜੀ। ਉੱਥੇ ਕੀ ਇੱਕ ਸਿੰਘ ਦਾ ਮਕਾਨ ਆ ਰਿਹਾ ਸੀ। ਠੀਕ ਹੈ। ਮਕਾਨ ਪੂਰਾ ਤਿਆਰ ਹੈ ਵੀਰ ਜੀ। ਠੀਕ ਹੈ। ਮਕਾਨ 'ਤੇ ਮਕਾਨ ਸੀਗਾ, ਇੱਕ ਸਿੰਘ ਆਇਆ ਹੋਇਆ। ਠੀਕ ਹੈ। ਜਿਹਦੇ ਮਕਾਨ ਦੇ ਮਾਲਕ ਨੇ ਵੀਰ ਜੀ, ਉਹਨਾਂ ਨੇ ਕੋਰਟ ਸਟੇਅ ਲਿਆ ਹੋਇਆ ਹੈ। ਠੀਕ ਹੈ। ਅਤੇ ਕੋਰਟ ਸਟੇਅ ਪੂਰਾ ਨਹੀਂ ਹੋਇਆ। 17 ਤਾਰੀਖ ਨੂੰ ਸਵੇਰੇ 7 ਵਜੇ ਉੱਪਰੋਂ ਪ੍ਰਸ਼ਾਸਨ 3,500 ਫੋਰਸ ਲੈ ਕੇ ਉੱਥੇ ਪੁੱਜ ਗਿਆ JDA ਦਾ। ਠੀਕ ਹੈ। DDA ਦਾ ਪ੍ਰਸ਼ਾਸਨ? ਹਾਂਜੀ, ਮੀਡੀਆ ਦਾ ਪ੍ਰਸ਼ਾਸਨ ਪੂਰਾ ਫੋਰਸ। ਅੱਛਾ, ਮਤਲਬ DDA ਅਥਾਰਟੀ ਜਿਹੜੀ ਹੁੰਦੀ ਹੈ, ਜਿਹੜੀ ਰਾਜਸਥਾਨ ਦੀ, ਉਹ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਓਕੇ। ਤਾਂ ਉਹਨੂੰ ਮਕਾਨ ਨੂੰ ਸਵੇਰੇ 7 ਵਜੇ ਤੋਂ ਤੋੜਨ ਲੱਗੇ ਸੀ। ਠੀਕ ਹੈ। ਤੋੜਦੇ ਵੀਰ ਜੀ ਸ਼ਾਮੀ 5 ਵਜੇ। ਠੀਕ ਹੈ। ਅਤੇ ਉੱਥੇ ਕੁਝ ਲੋਕ ਖੜ੍ਹੇ ਸੀ, ਕਈ ਸਿੰਘ ਵੀ ਖਲੋਤੇ ਸੀ, ਅਤੇ ਉੱਥੇ 20-25 ਮੁੰਡੇ ਖਲੋਤੇ ਸੀ ਗੇਟ 'ਤੇ। ਹਾਂਜੀ, ਰੋਡ 'ਤੇ ਹੀ। ਅਤੇ ਜਿਵੇਂ ਮਕਾਨ ਦੀ ਟੁੱਟ ਗਿਆ ਵੀਰ ਜੀ, ਅਤੇ ਪਿੱਛੋਂ ਕੁਝ ਪ੍ਰਸ਼ਾਸਨ ਆਇਆ ਅਤੇ ਉਹਨਾਂ ਨੇ ਲਾਠੀਚਾਰਜ ਕਰਤੀ। ਠੀਕ ਹੈ। ਅਤੇ ਵੀਰ ਜੀ, ਉਹ ਘੱਟੋ ਘੱਟ 1,500-2,000 ਦੇ ਕਰੀਬ ਹੋਣਾ ਪ੍ਰਸ਼ਾਸਨ ਪੂਰਾ। ਠੀਕ ਹੈ। ਅਸੀਂ ਮੁੰਡੇ ਸੀ 20-25। ਅਤੇ ਫਿਰ ਜਦੋਂ ਉਹਨਾਂ ਨੇ ਲਾਠੀਚਾਰਜ ਕੀਤੀ, ਫਿਰ ਮੁੰਡੇ ਜੋਸ਼ ਵਿੱਚ ਆ ਗਏ। ਠੀਕ ਹੈ। ਉਹਨਾਂ ਨੇ ਪਥਰਾਵ ਸਟਾਰਟ ਕਰਤਾ ਵੀਰ ਜੀ। ਠੀਕ ਹੈ। ਜਦੋਂ ਪਥਰਾਵ ਹੋਇਆ ਤਾਂ ਉੱਥੇ ਸਾਹਮਣੇ 'ਤੇ ਪਥਰਾਵ ਸਟਾਰਟ ਹੋ ਗਿਆ ਪ੍ਰਸ਼ਾਸਨ ਦੀ ਤਰਫੋਂ ਵੀ। ਠੀਕ ਹੈ। ਅਤੇ ਇੱਦਾਂ ਆਹਮਣਾ ਸਾਹਮਣਾ ਟਾਕਰਾ ਹੋ ਗਿਆ। ਠੀਕ ਹੈ। ਅਤੇ ਉਹਨਾਂ ਨੇ ਫਿਰ ਵੀਰ ਜੀ 2,500-3,500 ਫੋਰਸ ਸਿੱਧਾ ਹੀ ਹਮਲਾ ਕਰਤਾ ਜੀ। ਠੀਕ ਹੈ। ਫਿਰ ਵੀਰ ਜੀ, ਜਦੋਂ ਉਹਨਾਂ ਨੇ ਹਮਲਾ ਕੀਤਾ, ਅਸੀਂ ਥੋੜ੍ਹੇ ਜਿਹੇ ਕਮਜ਼ੋਰ ਪੈ ਗਏ, ਸਾਨੂੰ ਥੋੜ੍ਹਾ ਜਿਹਾ ਪੇਸ਼ਾ ਹਟਣਾ ਪਿਆ ਜੀ। ਅਤੇ ਤੁਹਾਡੇ ਤੋਂ ਪੁੱਛਿਆ ਨਹੀਂ ਗਿਆ ਕਿ ਉਹ ਹਮਲਾ ਕਿਉਂ ਕਰਦੇ ਪਏ ਨੇ ਤੁਹਾਡੇ 'ਤੇ? ਤੁਸੀਂ ਪੁੱਛਿਆ ਸੀ ਉਹਨਾਂ ਨੂੰ? ਵੀਰ ਜੀ ਪੁੱਛਿਆ ਸੀ, ਫਿਰ ਉਹ ਕਹਿੰਦੇ ਨੇ ਜੋ ਤੁਹਾਡੇ ਨਾਲ 84 ਜੋ ਵਾਪਰੀ ਆ ਉਹੀ ਹੁਣ ਵਾਪਾਰਾਂਗੇ, ਉਹ ਕਹਿੰਦੇ ਸੀ ਪ੍ਰਸ਼ਾਸਨ ਕਹਿੰਦੇ ਸੀ। ਅੱਛਾ, ਯਾਨੀ ਉਹਨਾਂ ਨੇ ਕਿਹਾ ਕਿ ਜਿੱਦਾਂ ਤੁਹਾਡੇ ਨਾਲ 84 ਚ ਵਾਪਰਿਆ ਸੀ ਉਦਾਂ ਫਿਰ ਵਾਪਰੇਗਾ, ਇਹ ਕਿਹਨੇ ਕਿਹਾ ਤੁਹਾਨੂੰ? ਹਾਂਜੀ, ਉਹ ਕਹਿੰਦੇ ਪ੍ਰਸ਼ਾਸਨ ਜੋ 84 ਚ ਵਾਪਰਿਆ ਸੀ ਹੁਣ ਫਿਰ ਵਾਪਰੂਗਾ। ਅੱਛਾ, ਯਾਨੀ ਕਿ ਰਾਜਸਥਾਨ ਪੁਲਿਸ ਵੱਲੋਂ ਤੁਹਾਨੂੰ ਇਸ ਤਰ੍ਹਾਂ ਕਿਹਾ ਗਿਆ ਹੈਗਾ ਵੀਰ ਜੀ? ਅੱਛਾ, ਤਾਂ ਤੁਹਾਡੇ ਤੁਸੀਂ ਇਸ ਗੱਲ ਦਾ ਵਿਰੋਧ ਕੀਤਾ ਫਿਰ? ਹਾਂਜੀ, ਫਿਰ ਕਿ ਅਸੀਂ ਪੁੱਛਿਆ ਬਾਈ ਕਿਉਂ ਵਾਪਰਿਆ, ਸਾਡੀ ਗਲਤੀ ਕੀ ਹੈ ਦੱਸੋ ਸਾਨੂੰ। ਠੀਕ ਹੈ। ਫਿਰ ਵੀਰ ਜੀ ਜਿਵੇਂ ਥੋੜ੍ਹੇ ਜਿਹੇ ਪਿੱਛੇ ਹੋਏ, ਫਿਰ ਇਹਨਾਂ ਨੇ ਹਮਲਾ ਕੀਤਾ ਜਦੋਂ 2,500 ਪ੍ਰਸ਼ਾਸਨ ਨੇ। ਹਾਂਜੀ, ਜਿਹੜਾ 25-20 ਮੁੰਡੇ ਉਹਦਾ ਟਾਕਰਾ ਕਰ ਰਹੇ ਸੀ ਵੀਰ ਜੀ, ਉਹ ਥੋੜ੍ਹਾ ਪਿੱਛੇ ਇੱਧਰ ਉੱਧਰ ਭੱਜਣ ਲੱਗ ਗਏ ਬਚਾਵ ਦੇ ਕਾਰਨ। ਠੀਕ ਹੈ। ਫਿਰ ਉਹ ਇੱਧਰ ਉੱਧਰ ਘਰਾਂ ਵਿੱਚ ਘੁਸ ਗਏ ਮੁੰਡੇ ਸੀ ਜਿਹੜੇ। ਠੀਕ ਹੈ। ਠੀਕ ਹੈ। ਵੀਰ ਜੀ ਉਹਨਾਂ ਨੂੰ ਘਰਾਂ ਵਿੱਚ ਘੁਸ ਕੇ ਦਰਵਾਜ਼ੇ ਤੋੜ ਕੇ ਉਹਨਾਂ ਨੇ ਫਿਰ ਕੈਸ਼ਾਂ ਤੋਂ ਫੜ ਕੇ ਉਹਨਾਂ ਨੂੰ ਬਾਹਰ ਕੱਢਿਆ, ਕੁੱਟਿਆ, ਮਾਰਿਆ, ਫਿਰ ਇਹਨਾਂ ਨੂੰ ਵੀਰ ਜੀ ਗ੍ਰਿਫਤਾਰ ਕਰਕੇ ਲੈ ਗਿਆ ਜੀ 19-20 ਮੁੰਡਿਆਂ ਨੂੰ। ਠੀਕ ਹੈ। ਠੀਕ ਹੈ। ਫਿਰ ਵੀਰ ਜੀ ਥੋੜ੍ਹੇ ਜਿਹੇ ਅੱਗੇ ਵਧੇ ਅਤੇ ਗੁਰਦੁਆਰਾ ਸਾਹਿਬ ਆ ਗਿਆ। ਹਾਂਜੀ। ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਅਤੇ ਇੱਕ ਉਹਦਾ ਪੁੱਤਰ ਸੀ। ਹਾਂਜੀ। ਫਿਰ ਵੀਰ ਜੀ ਉਹ ਗੁਰਦੁਆਰਾ ਸਾਹਿਬ ਵੜ ਗਏ, ਸ਼ੂਜ਼ ਚੱਪਲਾਂ ਜੁਰਾਬਾਂ ਲੈ ਕੇ, ਡੰਡੇ ਵਰਦੇ ਉਹਨਾਂ ਦੇ ਸਾਰਾ ਕੁਛ ਨਾਲ ਸੀ, ਹਥਿਆਰ ਹੁਥਿਆਰ ਸਾਰਾ ਪ੍ਰੋਟੈਕਸ਼ਨ ਉਹਦੇ ਨਾਲ ਸੀ। ਫਿਰ ਜਿਹੜਾ ਉੱਥੇ ਸੇਵਾਦਾਰ ਉਹਦਾ ਪੁੱਤਰ ਸੀ, ਉਹਨੂੰ ਵੀਰ ਜੀ ਗੁਰਦੁਆਰਾ ਸਾਹਿਬ ਵੀ ਕੁੱਟਿਆ, ਗੁਰਦੁਆਰਾ ਸਾਹਿਬ ਦੇ ਸਾਜ ਪਏ ਸੀ, ਉਹਨਾਂ ਦੀ ਬੇਇੱਜ਼ਤੀ ਵੀ ਕੀਤੀ, ਉੱਥੇ ਗਲਾਸ ਸੀ, ਗਲਾਸ ਵੀ ਤੋੜੇ ਗੁਰਦੁਆਰਾ ਸਾਹਿਬ ਦੇ। ਠੀਕ ਹੈ। ਹਾਂਜੀ, ਫੁੱਟੇ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਗਲਾਸ ਤੋੜੇ ਹੋਏ ਆ, ਸ਼ੀਸ਼ੇ ਤੋੜੇ ਹੋਏ ਆ। ਹਾਂਜੀ। ਫਿਰ ਵੀਰ ਜੀ ਸੇਵਾਦਾਰ ਅਤੇ ਉਹਦੇ ਪੁੱਤਰ ਨੂੰ ਉਹਦਾ ਭਾਰ ਲਿਆ ਪੁਲਿਸ ਪ੍ਰਸ਼ਾਸਨ। ਠੀਕ ਹੈ। ਫਿਰ ਵੀਰ ਜੀ ਉਹਨੂੰ ਕੁੱਟਿਆ, ਜਿਹੜਾ ਸੇਵਾਦਾਰ ਦੇ ਪੁੱਤਰ ਸੀ ਵੀਰ ਜੀ ਉਹ ਵਿਕਲਾਂਗ ਸੀ। ਹਾਂਜੀ। ਉਹਦਾ ਨੈਕਸਟ ਡੇ ਐਗਜ਼ਾਮ ਵੀ ਸੀ ਵੀਰ ਜੀ। ਠੀਕ ਹੈ। ਸੈਕਿੰਡ ਡੇ ਦਾ ਐਗਜ਼ਾਮ ਸੀ, ਉਹਨੂੰ ਇੰਨਾ ਕੁੱਟਿਆ ਵੀਰ ਜੀ, ਇੰਨਾ ਕੁੱਟਿਆ, ਉਹ ਮੁੰਡਾ ਕੱਲ੍ਹ ਐਗਜ਼ਾਮ ਦੇਣ ਵਾਸਤੇ ਨਹੀਂ ਪੁੱਜਿਆ ਸਕੂਲ। ਅੱਛਾ ਜੀ।
ਅੱਛਾ ਜੀ ਵੀ ਜੀ ਇੰਨਾ ਪਰ ਸਾਡੇ ਨਾਲ ਜ਼ੁਲਮ ਹੋਇਆ ਅਸੀਂ ਫਿਰ ਇੱਧਰ ਉੱਧਰ ਅਪੀਲ ਵੀ ਕੀਤੀ ਸਾਡਾ ਕੋਲ ਸਪੋਰਟ ਕਰੀਓ ਕਿਸੇ ਨੇ ਸਪੋਰਟ ਵੀ ਨਹੀਂ ਕੀਤਾ ਅਤੇ ਤੁਹਾਡੇ ਤਾਂ ਪ੍ਰਸ਼ਾਸਨ ਵੱਲੋਂ ਤੁਹਾਡੇ ਕੋਲ ਕੋਈ ਹੋਰ ਨੁਮਾਇੰਦਾ ਜਾਂ ਤੁਹਾਡੇ ਉੱਧਰ ਦਾ ਇਲਾਕੇ ਦੇ MLA ਜਾਂ ਕਿਸੇ ਕੌਂਸਲਰ ਦੇ ਨਾਲ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਬਾਰੇ ਕੀਤੇ ਵੀਰ ਜੀ ਮੀਡੀਆ ਨੂੰ ਬੁਲਾਇਆ ਪਰ ਮੀਡੀਆ ਦਾ ਕੋਈ ਰਿਸਪੋਂਸ ਸਾਨੂੰ ਮਿਲਿਆ ਨਹੀਂ ਵੀਰ ਜੀ ਹੁਣ ਤੱਕ ਹਾਂਜੀ ਬਿਲਕੁਲ ਐ ਤੇ ਜੀ ਸਾਡਾ ਮਨ ਭਾਗਾ ਹੈਗਾ ਕਿ ਮੀਡੀਆ ਜਿਹੜਾ ਹੈਗਾ ਜੋ ਇੰਡੀਅਨ ਮੀਡੀਆ ਜਿਹੜਾ ਹੈਗਾ ਜੋ ਸਿੱਖਾਂ ਦੀ ਖਬਰਾਂ ਨੂੰ ਨਹੀਂ ਦਿਖਾ ਰਿਹਾ ਹੈਗਾ ਅਤੇ ਅਕਾਲ ਚੈਨਲ ਐਕਸਕਲੂਸਿਵ ਵੀ ਸਾਰੀ ਜੋ ਸਾਰੇ ਵਰਲਡ ਦੇ ਵਿੱਚ ਆ ਖਬਰਾਂ ਨੂੰ ਜੋ ਦਿਖਾ ਰਿਹਾ ਹੈਗਾ ਅਤੇ ਅਨਸੈਂਸਰਡ ਤੌਰ 'ਤੇ ਸਾਰਾ ਪ੍ਰੋਗਰਾਮ ਸਾਡਾ ਚੱਲਦਾ ਪਿਆ ਹੈਗਾ ਜਿਹਦੇ ਵਿੱਚ ਅਸੀਂ ਤੁਹਾਡੇ ਨਾਲ ਜੁੜਦੇ ਪਏ ਹਾਂ ਅਤੇ ਯਾਨੀ ਕਿ ਤੁਹਾਨੂੰ ਦੱਸਿਆ ਗਿਆ ਕਿ 84 ਵਰਗਾ ਮਾਹੌਲ ਤੁਹਾਨੂੰ ਲੱਗਿਆ ਕਿ ਦੁਬਾਰਾ ਇਹੋ ਜਿਹਾ ਜੋ ਦੁਬਾਰਾ ਫਿਰ ਸਾਹਮਣੇ ਆਇਆ ਤੁਹਾਡੇ ਅਤੇ ਹੁਣ ਤੁਹਾਡੇ ਵੱਲੋਂ ਕੀ ਐਕਸ਼ਨ ਲਿੱਤਾ ਗਿਆ ਕਿ ਤੁਹਾਡੇ ਵੱਲੋਂ ਕਿਸੇ ਕੋਲ ਤੁਸੀਂ ਅਪਰੋਚ ਕੀਤਾ ਕਿਸੇ ਨੂੰ ਕਿਸੇ ਪੋਲੀਟੀਕਲ ਲੀਡਰ ਤੋਂ ਕੋਈ ਸਰਕਾਰ ਵੱਲੋਂ ਜਾਂ SGPC ਵੱਲੋਂ ਜਾਂ ਦਿੱਲੀ ਕਮੇਟੀ ਵੱਲੋਂ ਕੋਈ ਤੁਹਾਡੇ ਕੋਲ ਆਇਆ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਜੀ ਹਾਲੇ ਤੱਕ ਸਾਨੂੰ ਕੋਈ ਰਿਸਪੋਂਸ ਨਹੀਂ ਮਿਲਿਆ ਵੀਰ ਜੀ ਠੀਕ ਹੈ ਜੀ ਹਾਲੇ 3 ਦਿਨਾਂ ਤੋਂ ਇੱਕ ਦਿੱਲੀ ਕਮੇਟੀ ਦੀ ਟੀਮ ਪਹੁੰਚੀ ਸੀ 4-5 ਬੰਦਿਆਂ ਦੀ ਠੀਕ ਹੈ ਉਹ ਸਾਨੂੰ ਥੋੜ੍ਹਾ ਜਿਹਾ ਦਿਲਾਸਾ ਦੇ ਕੇ ਗਏ ਸੀ ਕਿ ਹੁਣ ਕਾਨੂੰਨੀ ਕਾਰਵਾਈ ਲੜਾਂਗੇ ਜੀ ਠੀਕ ਹੈ ਨਹੀਂ ਦਿੱਲੀ ਕਮੇਟੀ ਵਾਲੇ ਤੁਹਾਨੂੰ ਕਹਿ ਕੇ ਗਏ ਹੈ ਕਿ ਦਿਲਾਸਾ ਦੇ ਕੇ ਕਿ ਕਾਨੂੰਨੀ ਕਾਰਵਾਈ ਕਰਨਗੇ ਕਹਿ ਕੇ ਚਲੇ ਗਏ ਜਿਹੜੇ ਬੀਬੀਆਂ ਨੂੰ ਕੁੱਟਿਆ ਬੀਬੀਆਂ ਨੂੰ ਹੱਥਾਂ ਨਾਲ ਜੈਂਟਸ ਪੁਲਿਸ ਨੇ ਫੜ ਫੜ ਕੇ ਕੁੱਟਿਆ ਉਹਨਾਂ ਨੂੰ ਮਾਰਿਆ ਠੀਕ ਹੈ ਨਹੀਂ ਜੈਂਟਸ ਪੁਲਿਸ ਨੇ ਵੀ ਜੋ ਹੈਗਾ ਬੀਬੀਆਂ ਨੂੰ ਜੋ ਉੱਥੇ ਹੈਗੀ ਹੈ ਸਾਡੀ ਜੋ ਮਾਵਾਂ ਪੈਣਾ ਨੂੰ ਉਹਨਾਂ ਨੂੰ ਕੁੱਟਿਆ ਪ੍ਰਸ਼ਾਸਨ ਵੀਰ ਜੀ ਹਾਂਜੀ ਠੀਕ ਹੈ ਜੀ ਤੇ ਇਹ ਤਾਂ ਬਿਲਕੁਲ ਸਰਾਸਰ ਬਿਲਕੁਲ ਜਾਇਤੀ ਹੈਗੀ ਹੈ ਹਾਂਜੀ ਬਹੁਤ ਜ਼ਿਆਦਾ ਵੀਰ ਜੀ ਬਹੁਤ ਜ਼ਿਆਦਾ ਜੀ ਹਾਂਜੀ ਅਤੇ ਇਸ ਬਾਰੇ ਕਿਸੇ ਨੇ ਕੋਈ ਐਕਸ਼ਨ ਹਜੇ ਤੱਕ ਨਹੀਂ ਹੋਇਆ ਕਿ ਕਿਸੇ ਦੀ ਕਿਸੇ ਪੁਲਿਸ ਵਾਲੇ ਦੇ ਖਿਲਾਫ਼ ਕੋਈ ਗ੍ਰਿਫਤਾਰੀਆਂ ਕੁਛ ਹੈ ਜਾਂ ਕੀਤਾ ਗਿਆ ਕਿ ਨਹੀਂ ਵੀਰ ਜੀ ਹਾਲੇ ਤਾਂ ਕੁਛ ਵੀ ਨਹੀਂ ਹੋਇਆ ਠੀਕ ਹੈ ਅਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਸੰਗਤ ਤੁਸੀਂ ਕੀ ਜੋ ਅਕਾਲ ਚੈਨਲ ਵੇਖ ਰਹੀ ਸਾਰੀ ਸੰਗਤ ਤੁਹਾਡੇ ਨਾਲ ਨਾਲ ਤੁਸੀਂ ਜੁੜੇ ਹੋਏ ਹੋ ਸੰਗਤ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਵੀਰ ਜੀ ਅਸੀਂ ਤਾਂ ਇਹ ਚਾਹੁੰਦੇ ਹਾਂ ਜਿੱਥੇ ਜਿੱਥੇ ਵੀ ਸਿੱਖ ਰਹਿੰਦੇ ਨੇ ਸਾਰਿਆਂ ਨੂੰ ਅਸੀਂ ਜਾਗਰੂਕ ਕਰਦੇ ਹਾਂ ਅਤੇ ਕਹਿੰਦੇ ਹਾਂ ਬਾਈ ਸਾਨੂੰ ਸਪੋਰਟ ਕਰੋ ਸਾਡੇ ਉੱਤੇ ਦਿਲਦਾਰ ਵੀ ਬੈਠ ਗਿਆ ਵੀਰ ਜੀ ਜਿਵੇਂ ਉਹਨਾਂ ਨੇ ਕਿਹਾ ਵੀ 84 ਨਾਲ ਤੁਹਾਡੇ ਨਾਲ ਵਪਾਰੇ ਸੀ ਹੁਣ ਵੀ ਵਪਾਰਾਂਗੇ ਇਸ ਕਰਕੇ ਸਾਡੇ ਦਿਲਾਂ ਵਿੱਚ ਡਰ ਵੀ ਬੈਠ ਗਿਆ ਸੰਗਤ ਦੇ ਹਾਂਜੀ ਸੋ ਅਸੀਂ ਇਹ ਅਪੀਲ ਕਰਦੇ ਹਾਂ ਸਾਰੀ ਸਿੱਖ ਸੰਗਤ ਨੂੰ ਕਿ ਤੁਸੀਂ ਸਾਰੇ ਜਾਗਰੂਕ ਰਹੀਓ ਕੋਈ ਪਤਾ ਨਹੀਂ ਕਦੋਂ ਹਮਲਾ ਹੋ ਸਕਦਾ ਹੈ ਠੀਕ ਹੈ ਬਸ ਅਸੀਂ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਬਾਈ ਸਾਡਾ ਸਪੋਰਟ ਕਰੋ ਸਾਨੂੰ ਪ੍ਰੋਟੈਕਸ਼ਨ ਦੀ ਲੋੜ ਹੈ ਸਾਨੂੰ ਪ੍ਰੋਟੈਕਸ਼ਨ ਦਿਓ ਜੀ ਠੀਕ ਹੈ ਠੀਕ ਹੈ ਸਾਡੇ ਨਾਲ ਵਪਾਰਿਆ ਠੀਕ ਹੈ ਜੋ ਸਾਡੇ ਨਾਲ ਵਪਾਰਿਆ ਵੀਰ ਜੀ ਉਹਦਾ ਸਾਨੂੰ ਨਿਆਏ ਦਿਓ ਗੁਰੂ ਘਰ ਦੀ ਵੇਦ ਵੀ ਹੋਈ ਹੈ ਉਹਦਾ ਅਸੀਂ ਸਾਨੂੰ ਫੈਸਲਾ ਸੁਣਾਓ ਜੀ ਕਿ ਉਹਨਾਂ ਨੂੰ ਗੁਨਾਹਗਾਰਾਂ ਨੂੰ ਸਜ਼ਾ ਦਿਵਾਓ ਠੀਕ ਹੈ ਜੀ ਆਪਾਂ ਅਮਰਿਤਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਮਰੀਤ ਸਿੰਘ ਜੀ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦਿੱਲੀ ਸਟੂਡੀਓ ਦੇ ਅਕਾਲ ਚੈਨਲ ਦਿੱਲੀ ਸਟੂਡੀਓ ਅਸੀਂ ਤੁਹਾਡੇ ਨਾਲ ਜੁੜੇ ਹੋਏ ਹੋ ਤੁਸੀਂ ਜੈਪੁਰ ਤੋਂ ਸਾਡੇ ਨਾਲ ਅਮਰਿਤ ਸਿੰਘ ਜੀ ਸੰਗਤ ਜੀ ਜੁੜੇ ਹੋਏ ਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਦੱਸਿਆ ਕਿ ਕਿਸ ਤਰੀਕੇ ਉਹਨਾਂ ਦੇ ਨਾਲ ਜਾਤੀ ਹੋਈ ਆ ਅਮਰਿਤਵੀਰ ਜੀ ਅਸੀਂ ਤੁਹਾਨੂੰ ਫਤਿਹ ਸਾਂਝ ਕਰਦੇ ਹਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਤੇ ਸੰਗਤ ਜੀ ਅਸੀਂ ਅਗਲੀ ਜੋ ਸੰਗਤ ਵੱਲ ਅਸੀਂ ਜੋ ਅਗਲੇ ਜੋ ਵਿਕਟਿਮਸ ਨੇ ਅਸੀਂ ਉਹਨਾਂ ਵੱਲ ਅੱਗੇ ਵੱਧਦੇ ਹਾਂ ਹਾਂਜੀ ਸੰਗਤ ਜੀ ਅਸੀਂ ਹੋਰ ਸੰਗਤਾਂ ਨਾਲ ਅਸੀਂ ਜੁੜਦੇ ਹਾਂ ਸਾਡੇ ਨਾਲ ਇੱਕ ਹੋਰ ਉੱਧਰ ਦੇ ਵੀਰ ਜੁੜ ਬੈਠੇ ਨੇ ਵੀਰ ਜੀ ਸਭ ਤੋਂ ਪਹਿਲੇ ਗੁਰਫਤਿਹ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਦਾ ਨਾਮ ਵੀਰ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਹਾਂਜੀ ਵੀਰ ਜੀ ਕੀ ਕਹੋਗੇ ਤੁਸੀਂ ਉੱਧਰ ਦੇ ਰਹਿਣ ਵਾਲੇ ਜੈਪੁਰ ਦੇ ਆਪਣਾ ਚੱਲਾਂ ਉਹ ਗੁਰਦੁਆਰਾ ਸਾਹਿਬ ਦੇ ਨਾਲ ਦੇ ਰਹਿਣ ਵਾਲੇ ਹੋ ਤੁਸੀਂ ਹਾਂ ਨਹੀਂ ਮੈਂ ਤਾਂ ਬਾਹਰ ਦਾ ਮੈਂ ਉਸ ਦਿਨ ਇੱਧਰ ਹੀ ਆਇਆ ਸੀ ਤਾਂ ਠੀਕ ਹੈ ਤੇ 17 ਤਰੀਕ ਨੂੰ ਜਦੋਂ ਘਟਨਾ ਆਈ ਸੀ ਉਦੋਂ ਤੁਸੀਂ ਉੱਧਰ ਹੀ ਸੀਗੇ ਕਿਆ 17 ਤਰੀਕ ਨੂੰ ਜਦੋਂ ਇਹ ਘਟਨਾ ਹੋਈ ਸੀ ਉਦੋਂ ਤੁਸੀਂ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਸੀਗੇ ਹਾਂ ਮੈਂ ਵਹੀਂ ਪਈ ਥਾ ਹਾਂਜੀ ਤੇ ਕੀ ਦੇਖਿਆ ਤੁਸੀਂ ਕੀ ਹੋਇਆ ਸੀਗਾ ਉੱਥੇ ਵੀਰ ਜੀ ਉਹ ਕਮ ਸੇ ਕਮ 2,500 ਪੁਲਿਸ ਵਾਲੇ ਥੇ ਔਰ ਹਮ 10-12 ਲੜਕੇ ਥੇ ਤੋ ਵੋ ਕਿਆ ਜੈਸੇ ਲੇਡੀਜ਼ ਕੋ ਮਾਰਨੇ ਲੱਗੇ ਔਰ ਇਸ ਤਰੀਕਾ ਸੇ ਪੀਛੇ ਲੱਗ ਗਏ ਫਿਰ ਹਮਨੇ ਪੱਥਰ ਉੱਥਰ ਚਲਾਇਆ ਤੋ ਵੋ ਵੀ ਹਮਾਰੇ ਉੱਪਰ ਪੱਥਰ ਉੱਥਰ ਚਲਾਨੇ ਲੱਗੇ ਤੋ ਵੋ 2,500 ਇਕੱਠੇ ਹੋ ਗਏ ਔਰ ਹਮ 10-12 ਜਣੇ ਤੋ ਜੈਸੇ ਜੈਸੇ ਵੋ ਮਾਰਤੇ ਗਏ ਹਮ ਪੀਛੇ ਹਟਤੇ ਗਏ ਪੀਛੇ ਹਟਤੇ ਗਏ ਫਿਰ ਹਮ ਜੈਸੇ ਗੁਰਦੁਆਰੇ ਕੇ ਪਾਸ ਪਹੁੰਚੇ ਤੋ ਹਮ ਇੱਕ ਦੂਸਰੇ ਭੱਗ ਗਏ ਵਹਾਂ ਸੇ ਤੋ ਉਸਨੇ ਸੋਚਾ ਵੋ ਸਾਰੇ ਗੁਰਦੁਆਰੇ ਕੇ ਅੰਦਰ ਘੁਸ ਗਏ ਤੋ ਉਸਨੇ ਗੁਰਦੁਆਰੇ ਮੇ ਤੋੜ ਫੋੜ ਚਾਲੂ ਕਰ ਦੀ ਔਰ ਜੋ ਵਹਾਂ ਕੀਰਤਨ ਬਾਜੇ ਕੇ ਸਮਾਨ ਥੇ ਵੋ ਸਾਰੇ ਫੇਂਕ ਦੀਏ ਬਾਕੀ ਦਰਵਾਜੇ ਰਵਾਜੇ ਤੋੜ ਦੀਏ ਕਾਂਚ ਵਾਂਚ ਫੋੜ ਦੀਏ ਹਾਂਜੀ ਔਰ ਜੋ ਲੇਡੀ ਥੀ ਵੋ ਆਸ ਪਾਸ ਕੇ ਮਕਾਨ ਥੇ ਵਹਾਂ ਉਨਕੋ ਤੋੜ ਤਾੜ ਕੇ ਵਹਾਂ ਸੇ ਲੇਡੀ ਸੀ ਥੀ ਉਨਕੋ ਉਠਾ ਉਠਾ ਕੇ ਲੈ ਗਏ ਵੋ ਠੀਕ ਹੈ ਜੀ ਤੇ ਕੀ ਉਹਨਾਂ ਕਿੰਨੇ ਲੋਕ ਯਾਨੀ ਕਾਫੀ ਲੋਕਾਂ ਨੂੰ ਸੱਟਾਂ ਵੀ ਆਈਆਂ ਉਹਦੇ ਵਿੱਚ ਹਾਂ ਵੈਸੇ ਤਾਂ ਵੋ ਕਈ ਜਣੇ ਥੇ ਵੋ ਤਾਂ ਹਾਂਜੀ ਠੀਕ ਹੈ ਜੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਸੀ ਉਦੋਂ ਕਿਹੋ ਜਿਹਾ ਲੱਗ ਰਿਹਾ ਸੀ ਉਦੋਂ ਪ੍ਰਸ਼ਾਸਨ ਜਦੋਂ ਪੁਲਿਸ ਜਿਹੜੀ ਸਾਡੀ ਰੱਖਿਆ ਕਰਨ ਵਾਸਤੇ ਹੁੰਦੀ ਹੈਗੀ ਸਾਨੂੰ ਬਚਾਉਣ ਵਾਸਤੇ ਹੁੰਦੀ ਹੈ ਉਹ ਆਪ ਮਾਰ ਕੁਟਾਈ ਕਰ ਰਹੀ ਸੀ ਕਿਹੋ ਜਿਹਾ ਲੱਗ ਰਿਹਾ ਸੀ ਤੁਹਾਨੂੰ ਉਦੋਂ ਵੋ ਰੱਖਿਆ ਕਿਆ ਕਰ ਰਹੇ ਥੇ ਵੋ ਤਾਂ ਖੁਦ ਹਮੇ ਔਰ ਮਾਰ ਰਹੇ ਥੇ ਸਾਥ ਮੇਂ ਹਮਾਰੇ ਘਰ ਕੇ ਜੋ
ਤੁਹਾਡੀ ਕੀ ਮੰਗ ਹੈਗੀ ਹੈ ਤੁਸੀਂ ਸੰਗਤਾਂ ਅੱਗੇ ਕੀ ਅਪੀਲ ਕਰੋਗੇ ਸੰਗਤਾਂ ਸਾਡੇ ਨਾਲ ਹਮਾਰੇ ਗੁਰੂ ਘਰ ਕੀ ਜੋ ਬੇਇੱਜ਼ਤੀ ਹੋਈ ਹੈ ਉਸਕੋ ਉਸਕੇ ਲਈ ਜੋ ਜਿਸਨੇ ਕੀ ਹੈ ਉਸਕੋ ਸਜ਼ਾ ਦੀ ਜਾਏ ਜਾਂ ਉਨਕੇ ਹਮਾਰੇ ਜੋ ਬੀਵੀ ਬੱਚੇ ਹੈ ਜੋ ਉਨਕੇ ਸਾਥ ਹੋਈ ਹੈ ਉਨਕੋ ਵੋ ਨਿਆਏ ਦਿਆ ਜਾਏ ਠੀਕ ਹੈ ਜੀ ਤੁਸੀਂ ਸਰਕਾਰ ਦੇ ਕਿਸੇ ਮੁਲਾਜ਼ਮ ਦੇ ਨਾਲ ਕਿਸੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਅਭੀ ਤੱਕ ਕੋਈ ਪ੍ਰਸ਼ਾਸਨ ਕੋਈ ਹਮਾਰੇ ਤਰਫ ਕੀ ਕੋਈ ਵੀ ਨਹੀਂ ਆਇਆ ਅਭੀ ਠੀਕ ਹੈ ਜੀ ਯਾਨੀ ਕੋਈ ਵੀ ਤੁਹਾਡੇ ਨਾਲ ਨਹੀਂ ਆਇਆ ਨਹੀਂ ਠੀਕ ਹੈ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਸੀਂ ਅਗਲੇ ਸਾਡੇ ਜੋ ਅਗਲੇ ਜੋ ਸੰਗਤ ਅਤੇ ਅਸੀਂ ਹੋਰ ਸੰਗਤ ਨਾਲ ਵੀ ਗੱਲਬਾਤ ਕਰਦੇ ਹਾਂ ਵੀਰ ਜੀ ਗੁਰੂ ਫਤਿਹ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੰਗਤ ਜੀ ਹੋਰ ਅਸੀਂ ਹੋਰ ਜੋ ਸੰਗਤਾਂ ਵਾਲ ਅੱਗੇ ਵੱਧਦੇ ਹੈਗੇ ਸਾਡੇ ਨਾਲ ਹੋਰ ਵੀਰ ਉੱਧਰ ਦੇ ਜੁੜ ਚੁੱਕੇ ਨੇ ਐਕਸਕਲੂਸਿਵਲੀ ਅਕਾਲ ਚੈਨਲ 'ਤੇ ਅਨਸੈਂਸਰਡ ਪ੍ਰੋਗਰਾਮ ਅਸੀਂ ਤੁਹਾਨੂੰ ਦਿਖਾਉਂਦੇ ਪਏ ਜੈਪੁਰ ਦੇ ਵਿੱਚ 17 ਮਾਰਚ ਨੂੰ ਜੋ ਘਟਨਾ ਹੋਈ ਸੀਗੀ ਗੁਰਦੁਆਰਾ ਸਾਹਿਬ 'ਤੇ ਹਮਲਾ ਹੋਇਆ ਸੀਗਾ ਸਾਡੇ ਨਾਲ ਹੋਰ ਸੰਗਤ ਦੇ ਸੰਗਤ ਸਾਡੇ ਨਾਲ ਉੱਧਰ ਦੀ ਜੁੜੀ ਹੈ ਜੋ ਉੱਧਰ ਦੀ ਹੈਗੀ ਹੈ ਜੈਪੁਰ ਤੋਂ ਸਾਡੇ ਨਾਲ ਉੱਥੇ ਹੀ ਅਸੀਂ ਲਾਈਵ ਉਹਨਾਂ ਨਾਲ ਤੁਹਾਨੂੰ ਜੋੜਦੇ ਪਏ ਹਾਂ ਵੀਰ ਜੀ ਆਪ ਜੀ ਨਾਲ ਗੱਲ ਕਰਾਂਗੇ ਕੀ ਕਹੋਗੇ ਵੀਰ ਜੀ ਆਪ ਜੀ ਦਾ ਨਾਮ ਆਪ ਜੀ ਤਾਂ ਪਹਿਲੇ ਆਪਣਾ ਨਾਮ ਦੱਸੋ ਵੀਰ ਜੀ ਸਾਡਾ ਨਾਮ ਹੈ ਸੁਰਿੰਦਰ ਸਿੰਘ ਜੀ ਠੀਕ ਹੈ ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਹਾਂਜੀ ਹਾਂਜੀ ਵੀਰ ਜੀ ਕੀ ਕਹੋਗੇ 17 ਮਾਰਚ ਨੂੰ ਕੀ ਹੋਇਆ ਸੀਗਾ ਜੈਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਤੁਸੀਂ ਸਾਰੀ ਸੰਗਤਾਂ ਦੱਸ ਰਹੀ ਹੈ ਕਿ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਸੀ ਤੁਸੀਂ ਉਦੋਂ ਕਿੱਥੇ ਸੀਗੇ ਤੁਸੀਂ ਉੱਥੇ ਹੀ ਸੀਗੇ ਵੀਰ ਜੀ ਮੈਂ ਰੋਡ ਤੇ ਖੜਿਆ ਸੀ ਜਿਹੜਾ ਸਾਡੇ 5:30 ਵਜੇ ਦੀ ਬੱਸ ਸੀ ਮੈਂ ਪਿੱਛੋਂ ਰੋਡ ਤੋਂ ਖੜਿਆ ਸੀ ਤੇ ਪੁਲਿਸ ਵਾਲਿਆਂ ਨੇ ਡੰਡੇ ਵੰਡੇ ਚਾਰਜ ਕਰਦੇ ਸੀ ਉੱਥੇ ਮੈਂ ਬਾਹਰ ਰੋਡ ਤੇ ਸੀ ਮੈਂ ਅੰਦਰੋਂ ਨਹੀਂ ਸੀ ਲਾਠੀਆਂ ਸੱਟਾਂ ਉੱਥੇ ਨਹੀਂ ਵੀਰ ਜੀ ਮੈਂ ਕੀ ਰੋਡ ਸੀ ਖੜਿਆ ਸੀ ਅੰਦਰ ਘੁਸਣ ਦੀ ਕੋਈ ਜਗ੍ਹਾ ਹੀ ਨਹੀਂ ਸੀ ਸਾਰੇ ਤਰਫ ਪੁਲਿਸ ਨੇ ਘੇਰਾ ਪਾਇਆ ਹੋਇਆ ਸੀ ਕਲੋਨੀ ਦੇ ਠੀਕ ਹੈ ਤੇ ਤੁਸੀਂ ਕੀ ਦੇਖਿਆ ਉੱਥੇ ਤੁਸੀਂ ਜਦੋਂ ਉੱਥੇ ਸੀਗੇ ਤੁਸੀਂ ਕੀ ਦੇਖਿਆ ਵੀ ਜੀ ਮੈਂ ਦੇਖਿਆ ਉਹਨਾਂ ਨੇ ਲਾਠੀਆਂ ਚਾਰਜ ਕਰਤੀ ਸੀ ਉੱਥੇ ਇੱਕਦਮ ਸੇ ਜਿਵੇਂ ਐਸ ਪੀ ਸੀ ਉਹ ਗਿਆ ਸੀ ਨਾ ਉਸ ਤੋਂ ਬਾਅਦ ਉਹਨਾਂ ਨੇ ਲਾਠੀ ਵੱਟੀ ਚਾਰਜ ਕਰਤੀ ਸੀ ਕਾਫੀ ਜਿਹੜੀ ਵੀ ਬਸਤੀ ਸੀ ਰਸਤੇ ਸੀ ਨਾ ਉਹ ਸਾਰੇ ਰਸਤੇ ਘੇਰ ਲਏ ਸੀ ਉਹਨਾਂ ਨੇ ਤਾਂ ਠੀਕ ਹੈ ਤੇ ਤੁਸੀਂ ਕੀ ਚਾਹੁੰਦੇ ਹੋ ਅਕਾਲ ਚੈਨਲ ਰਾਹੀਂ ਵੀ ਸਾਰੀ ਸੰਗਤਾਂ ਤੁਹਾਨੂੰ ਯੂਕੇ ਯੂਰਪ ਆਲ ਓਵਰ ਵਰਲਡ 106 ਕੰਟਰੀਆਂ ਦੇਖ ਰਹੇ ਹੋ ਤਾਂ ਤੁਸੀਂ ਕੀ ਸੰਗਤ ਨੂੰ ਅਪੀਲ ਕਰਨਾ ਚਾਹੋਗੇ ਤੁਹਾਡੀ ਕੀ ਮੰਗ ਨੇ ਮੇਰੀ ਸਮਝ ਨਹੀਂ ਆਇਆ ਕੀ ਕਹਿ ਤੁਸੀਂ ਤੁਹਾਡੀ ਕੀ ਮੰਗਾਂ ਨੇ ਹੁਣ ਤੁਸੀਂ ਕੀ ਕਹੋਗੇ ਸਾਰੀ ਸੰਗਤ ਨੂੰ ਸਾਡੀ ਸੰਗਤ ਤੁਹਾਡੇ ਨਾਲ ਜੁੜੀ ਹੋਈ ਹੈ ਤੁਹਾਡੀ ਸੰਗਤ ਤੁਸੀਂ ਕੀ ਮੰਗ ਕਰਦੇ ਹੋ ਤੁਹਾਡੀ ਕੀ ਮੰਗ ਹੈ ਜੀ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਜੇ ਸਾਡੇ ਗੁਰੂ ਜੀ ਦੀ ਬੇਇੱਜ਼ਤੀ ਜੋ ਹੋਈ ਹੈ ਜੇ ਆਪਣੀ ਕੁੜੀਆਂ ਉੜੀਆਂ ਜੇ ਔਰਤਾਂ ਸੀ ਉਹਨਾਂ ਦੇ ਨਾਲ ਜੇ ਤਾਂ ਹੋਇਆ ਉਹ ਬਹੁਤ ਗਲਤ ਹੋਇਆ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਥੋੜ੍ਹਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਇੱਥੇ ਹੀ ਅਸੀਂ ਗੁਰੂ ਫਤਿਹ ਦੀ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਸੰਗਤ ਜੀ ਤੁਸੀਂ ਸਾਰੀ ਸੰਗਤਾਂ ਨਾਲ ਤੁਸੀਂ ਗੱਲਬਾਤ ਕੀਤੀ ਅਸੀਂ ਅਕਾਲ ਚੈਨਲ ਦਿੱਲੀ ਸਟੂਡੀਓ 'ਚ ਅਸੀਂ ਬੈਠ ਕੇ ਅਸੀਂ ਜੈਪੁਰ ਤੱਕ ਤੁਹਾਨੂੰ ਲੈ ਕੇ ਗਏ ਹਾਂ ਜੈਪੁਰ ਤੱਕ ਤੁਹਾਨੂੰ ਅਸੀਂ ਲਾਈਵ ਦਿਖਾਇਆ ਉਹਨਾਂ ਸੰਗਤਾਂ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਕਿ ਜਿਨ੍ਹਾਂ 'ਤੇ 17 ਮਾਰਚ ਨੂੰ ਜਿਨ੍ਹਾਂ 'ਤੇ ਲਾਠੀਆਂ ਜਿਨ੍ਹਾਂ 'ਤੇ ਚੱਲੀਆਂ ਸੀਗੀਆਂ ਇੱਕ ਸਿਰਫ ਛੋਟਾ ਜਿਹਾ ਵਿਵਾਦ ਸੀਗਾ ਕਿ ਕਿਸੇ ਸਿੱਖ ਦਾ ਉੱਥੇ ਪਲੋਟ ਸੀਗਾ ਉਹਦੀ ਜ਼ਮੀਨ ਨੂੰ ਤੋੜਿਆ ਜਾ ਰਿਹਾ ਸੀਗਾ ਉਹਦੇ ਪਲੋਟ ਨੂੰ ਤੋੜਿਆ ਜਾ ਰਿਹਾ ਸੀ ਹਾਈਵੇ ਰੋਡ ਬਣਾਉਣ ਵਾਸਤੇ ਜੈਪੁਰ ਦਿੱਲੀ ਹਾਈਵੇ ਰੋਡ ਬਣਾਉਣ ਵਾਸਤੇ ਜਦਕਿ ਉਹ ਸਿੱਖ ਕੋਲ ਸਟੇਅ ਆਰਡਰ ਵੀ ਸੀਗਾ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਉੱਧਰ ਦੀ ਡਿਵੈਲਪਮੈਂਟ ਅਥਾਰਟੀ ਵੱਲੋਂ ਜੋ ਉਹਨਾਂ ਨਾਲ ਜਾਤੀ ਕੀਤੀ ਗਈ ਹੋਰ ਜਦਕਿ ਉਹ ਸ਼ਾਂਤੀਮਈ ਤਰੀਕੇ ਨਾਲ ਉਹ ਕਾਰ ਟੁੱਟਦਾ ਦੇਖ ਵੀ ਰਹੇ ਸੀ ਕੋਈ ਪ੍ਰੋਟੈਸਟ ਨਹੀਂ ਸੀ ਕੀਤਾ ਉਹਦੇ ਬਾਵਜੂਦ ਵੀ ਉਹਨਾਂ 'ਤੇ ਲਾਠੀ ਚਾਰਜ ਕੀਤੀ ਗਈ 3,500 ਪੁਲਿਸ ਵਾਲੇ ਵੱਲੋਂ ਦੱਸਿਆ ਕਿ ਉੱਥੇ ਸੀਗੇ 20-25-30 ਮੁੰਡੇ ਸੀਗੇ ਬਾਅਦ 'ਚ ਉਹਨਾਂ 'ਤੇ ਮੇਨ ਰੋਡ 'ਤੇ ਲਾਠੀ ਚਾਰਜ ਹੋਏ ਬਾਅਦ 'ਚ ਉਹਨਾਂ ਦੀ ਬਸਤੀ 'ਚ ਆ ਗਏ ਸਿਕਲੀਗੜ ਬੰਜਾਰੇ ਸਿੱਖ ਉਹ ਹੈਗੇ ਸੀਗੇ ਅਤੇ ਬਾਅਦ 'ਚ ਗੁਰਦੁਆਰਾ ਸਾਹਿਬ 'ਤੇ ਵੀ ਹਮਲਾ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਵੀ ਬੇਪਤੀਆਂ ਕੀਤੀਆਂ ਗਈਆਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬੇਅਦਬੀ ਕੀਤੀ ਗਈ ਸਾਰਾ ਸਾਜੋ ਸਮਾਨ ਕੀਰਤਨ ਦਾ ਸਾਰਾ ਸੁੱਟਿਆ ਗਿਆ ਕੱਚ ਤੋੜਿਆ ਗਿਆ ਗੁਰਦੁਆਰਾ ਸਾਹਿਬ ਦਾ ਵੀ ਨੁਕਸਾਨ ਹੋਇਆ ਉੱਥੇ ਵੀ ਸੇਵਾ ਕਰਨ ਦੀ ਵੀ ਲੋੜ ਪਏਗੀ ਅਤੇ ਸੰਗਤ ਜੀ ਇਸੇ ਤਰੀਕੇ ਅਕਾਲ ਚੈਨਲ ਅਨਸੈਂਸਰਡ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਜੈਪੁਰ ਦਾ ਹਾਲਾਤ ਅਸੀਂ ਲਾਈਵ ਹਾਲਾਤ ਤੁਹਾਨੂੰ ਉੱਧਰ ਦੇ ਦਿਖਾਏ ਸਾਰੀ ਅਸੀਂ ਤੁਹਾਨੂੰ ਫੁਟੇਜ ਦਿਖਾਈ ਕਿ ਕਿੰਨੀ ਜਿਆਦਾ ਉੱਧਰ ਦੇ ਸਿੱਖਾਂ ਨਾਲ ਸਿਕਲੀਗੜ ਬੰਜਾਰੇ ਸਿੱਖਾਂ ਦੇ ਨਾਲ ਹੋਈ ਹੈ ਆਪ ਸਾਰੀ ਸੰਗਤ ਦੇ ਸਹਿਯੋਗ ਦੀ ਬੜੀ ਲੋੜ ਹੈਗੀ ਉੱਥੇ ਇਸੇ ਤਰੀਕੇ ਜੋ ਵੀ ਅਪਡੇਟਸ ਹੋਣਗੀਆਂ ਅਸੀਂ ਤੁਹਾਨੂੰ ਅਕਾਲ ਚੈਨਲ ਅਨਸੈਂਸਰਡ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੋੜਦੇ ਰਹਾਂਗੇ ਸੰਗਤ ਜੀ ਹੁਣ ਵਕਤ ਹੋ ਗਿਆ ਸਮਾਪਤੀ ਦਾ ਦੇਖਦੇ ਰਹੋ ਅਕਾਲ ਚੈਨਲ